ਜਾਸੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਦਿੱਲੀ ਦਾ ਸ਼ਾਹੀਨ ਬਾਗ ਬਹੁਤ ਚਰਚਾ ਵਿੱਚ ਹੈ। ਸ਼ਾਹੀਨ ਇੱਕ ਪੰਛੀ ਦਾ ਨਾਮ ਹੈ, ਫਾਰਸੀ ਸ਼ਬਦ ਹੈ ਜਿਹੜਾ, ਉਸ ਫਾਰਸੀ ਤੋਂ ਬਾਅਦ ਸਿਆਸਤ ਦੇ ਲਈ ਕੀ ਮੁਸ਼ਕਲਾਂ ਆਈਆਂ ਹੈਗੀਆਂ ਉਹ ਇਸ ਸਿਆਸਤ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ। ਕਿਹੜੇ ਪੰਛੀ ਦਾ ਨਾਮ ਹੈ ਅਤੇ ਕਿਹੜੀ ਉਚਾਈ ਤੱਕ ਜਾ ਸਕਦਾ ਹੈ ਅਤੇ ਉੱਡਦੇ ਉੱਡਦੇ ਹੀ ਉਹ ਕੀ ਖਾ ਜਾਂਦਾ ਹੈਗਾ, ਇਹ ਸ਼ਾਹੀਨ ਬਾਗ ਦੀ ਪ੍ਰਵਾਸ ਹੈ ਅਤੇ ਪ੍ਰਵਾਸ ਦੇ ਵਿਚਾਲੇ ਸਿਆਸਤ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਸੰਘਰਸ਼ ਨੂੰ ਰੋਕਿਆ ਕਿਵੇਂ ਜਾਵੇ। ਕੋਸ਼ਿਸ਼ਾਂ ਬਹੁਤ ਕਰਕੇ ਦੇਖ ਲਈਆਂ ਪਰ ਸਿਆਸਤ ਨੂੰ ਪੱਲੇ ਨਹੀਂ ਪੈ ਰਿਹਾ ਕਿ ਸ਼ਾਹੀਨ ਬਾਗ ਦੇ ਵਿੱਚ ਇਹ ਅੰਦੋਲਨ ਹੈ ਜਿਹੜਾ ਉਹ 35 ਦਿਨ ਪਾਰ ਕਿਵੇਂ ਕਰ ਗਿਆ। ਅਸੀਂ ਸਵਾਲ ਇੱਕੋ ਹੀ ਪੁੱਛਾਂਗੇ, ਸ਼ਾਹੀਨ ਬਾਗ ਦੀ ਪ੍ਰਵਾਸ ਕਿੱਥੋਂ ਤੱਕ? कुछ नहीं होगा, एनआरसी नहीं होगी, तो फिर सर आपने मैनिफेस्टो में वो चीज क्यों डाली है? अरे मुस्लिम विरोधी ये सरकार, आरएसएस का नाम लेकर भी हमें दबाने की, हम पे दबाव बनाने की कोशिश की गई। ਟੂ ਦਾ ਪੁਆਇੰਟ ਵਿੱਚ ਬਹਿਸ ਕਿਹੜੇ ਕਿਹੜੇ ਪੁਆਇੰਟ 'ਤੇ ਹੋਵੇਗੀ ਤੁਹਾਨੂੰ ਫਟਾਫਟ ਦੱਸ ਦਈਏ। ਸ਼ਾਹੀਨ ਬਾਗ ਦਾ ਸੰਘਰਸ਼ ਹੈ, ਸੀ ਏ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਦਾ ਸੰਘਰਸ਼ ਹੈ, 35 ਦਿਨ ਪਾਰ ਕਰ ਚੁੱਕਿਆ। ਔਰਤਾਂ ਵੱਲੋਂ ਚੁੱਕੀ ਆਵਾਜ਼ ਦੀ ਹਮਾਇਤ ਵਿੱਚ ਹਰ ਵਰਗ ਤਕਰੀਬਨ ਉੱਥੇ ਹਾਜ਼ਰੀ ਲਵਾ ਚੁੱਕਿਆ। ਨੌਜਵਾਨਾਂ ਦੇ ਨਾਲ ਨਾਲ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਵੀ ਹਾਜ਼ਰੀ ਭਰੀ ਹੈ। ਸ਼ਰਾਰਤੀ ਅਨਸਰਾਂ 'ਤੇ ਨਜ਼ਰ ਲਈ ਧਰਨੇ ਵਾਲੀ ਥਾਂ 'ਤੇ ਖੁਦ ਵਲੰਟੀਅਰ ਡਟੇ ਆ, ਕਿਉਂਕਿ ਧਰਨੇ ਵਾਲੀ ਥਾਂ 'ਤੇ ਹਿੰਸਾ ਹੋਣ ਦਾ ਖਤਰਾ ਜਿਹੜਾ ਉਹ ਹਮੇਸ਼ਾ ਬਰਕਰਾਰ ਰਹਿੰਦਾ। ਪਤਾ ਨਹੀਂ ਕੌਣ ਕਰਵਾਉਂਦਾ, ਇਹ ਸਵਾਲ ਆਪਣੇ ਆਪ ਵਿੱਚ ਵੱਡਾ ਹੈਗਾ। ਸਿੱਖ ਜਥੇਬੰਦੀਆਂ ਨੇ ਸ਼ਾਹੀਨ ਬਾਗ ਵਿੱਚ ਖੁੱਲ੍ਹਾ ਲੰਗਰ ਲਗਾ ਦਿੱਤਾ। ਦੇਸ਼ ਦੇ ਹਰ ਹਿੱਸੇ 'ਚੋਂ ਸ਼ਾਹੀਨ ਬਾਗ ਦੇ ਹੱਕ ਵਿੱਚ ਮੁਜ਼ਾਹਰੇ ਹੋਏ ਆ, ਚਾਹੇ ਉਹ ਕਿਹੜਾ ਮਰਜ਼ੀ ਸੂਬਾ ਹੋਵੇ ਅਤੇ ਕਿਹੜਾ ਮਰਜ਼ੀ ਸ਼ਹਿਰ ਹੋਵੇ। 500 ਰੁਪਏ ਦਿਹਾੜੀ ਲੈ ਮੁਜ਼ਾਹਰਾ ਕਰਨ ਦੇ ਕਥਿਤ ਵੀਡੀਓ ਵੀ ਵਾਇਰਲ ਕੀਤੇ ਗਏ, ਪਤਾ ਨਹੀਂ ਕਿੰਨੇ ਕੀਤੇ। ਸਵਾਲ ਇਹ ਵੀ ਪੁੱਛਿਆ ਜਾਵੇਗਾ, ਧਰਨਾਕਾਰੀਆਂ ਨੇ ਜਵਾਬ ਦਿੱਤਾ ਕਿ ਸੰਘਰਸ਼ ਤਾਰ ਪੀੜੋ ਕਰਨ ਲਈ ਇਹ ਸਾਰੇ ਹੱਥ ਕੰਡੇ ਅਪਣਾਏ ਜਾ ਰਹੇ ਨੇ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਕਿ ਸੀਏ ਅਤੇ ਸ਼ਾਹੀਨ ਬਾਗ ਦਾ ਸਫ਼ਰ ਕਿਹੜੇ ਸਫ਼ਿਆਂ 'ਤੇ ਲਿਖਿਆ ਜਾਵੇਗਾ, ਇਹ ਸੰਘਰਸ਼ ਦਾ ਅੰਜਾਮ ਕੀ ਹੋਵੇਗਾ ਪਤਾ ਨਹੀਂ, ਪਰ ਇਹ ਸਫ਼ਰ ਹੈ ਕਿਹੜੇ ਸਫ਼ਿਆਂ 'ਤੇ ਲਿਖਿਆ ਜਾਵੇਗਾ, ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਿਹਾ। ਜਤਿੰਦਰ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਨੇ। ਜਤਿੰਦਰ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਦਿੱਲੀ ਦੀ ਆਬੋ ਹਵਾ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਅਤੇ ਜੀ ਐਨ ਯੂ 'ਚੋਂ ਪਾਸ ਆਊਟ ਨੇ, ਇਸ ਕਰਕੇ ਨਾ ਉਹ ਸੱਦਿਆ। ਜਤਿੰਦਰ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਅਮਨਦੀਪ, ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦੇ ਨੁਮਾਇੰਦੇ ਆ ਅਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਔਰਤਾਂ ਜਦੋਂ ਇਸ ਤਰ੍ਹਾਂ ਡਟ ਜਾਂਦੀਆਂ ਹੈਗੀਆਂ ਤਾਂ ਉਸਦਾ ਮਤਲਬ ਹੁੰਦਾ ਕੀ ਹੈਗਾ। ਅਮਨਦੀਪ, ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਬੁਲਾ ਰਿਹਾ, ਗਰੇਵਾਲ ਸਾਹਿਬ ਦੀ ਸਰਕਾਰ ਹੈ ਕੇਂਦਰ ਵਿੱਚ, ਇਸ ਲਈ ਇਹਨਾਂ ਨੂੰ ਸੱਦਿਆ। ਗਰੇਵਾਲ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਤੋਂ ਨੇ, ਸੰਘੇੜਾ ਸਾਹਿਬ ਹਰਾਂ ਦੀ ਸਰਕਾਰ ਦਿੱਲੀ ਦੇ ਵਿੱਚ ਅਤੇ ਪਰ ਕਾਨੂੰਨ ਇਹਨਾਂ ਦੇ ਹੱਥ ਵਿੱਚ ਨਹੀਂ ਹੈਗਾ, ਹਮੇਸ਼ਾ ਕਹਿੰਦੇ ਹੈਗੇ। ਸੰਘੇੜਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਕੇਵਲ ਢਿੰਗਰਾ, ਕਾਂਗਰਸ ਦੇ ਬੁਲਾ ਰਹੇ ਆ, ਇਹ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ, ਇਸ ਕਰਕੇ ਇਹਨਾਂ ਨੂੰ ਸੱਦਿਆ ਹੈਗਾ। ਢਿੰਗਰਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗਰੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਗਰੇਵਾਲ ਸਾਹਿਬ, ਬਹੁਤ ਸਿੱਧਾ ਸਵਾਲ ਹੈ ਅਤੇ ਮੈਂ ਸਾਰੇ ਬੁਲਾਰਿਆਂ ਨੂੰ ਪਹਿਲੇ ਦੱਸ ਦੇਵਾਂਗਾ, ਟਾਈਮ ਬੜਾ ਘੱਟ ਹੈਗਾ ਅਤੇ ਘੱਟ ਥੋੜ੍ਹਾ ਥੋੜ੍ਹਾ ਵਕਤ ਹੀ ਮਿਲੂਗਾ ਤੁਹਾਨੂੰ। ਗਰੇਵਾਲ ਸਾਹਿਬ, ਇਹ ਸ਼ਾਹੀਨ ਬਾਗ ਦੇ ਵਿੱਚ ਕੌਣ ਕਦੋਂ ਜਾਊਗਾ, ਸਵਾਲ ਇਹ ਵੀ ਹੈਗਾ। ਸਵਾਲ ਇਸ ਕਰਕੇ ਹੈ ਕਿਉਂਕਿ ਤੁਸੀਂ ਆਪਦੇ ਜਿਹੜੇ ਕਾਰਕੁਨ ਆ ਸਾਰੇ ਕਿਤੇ ਲਾਤੇ ਆ ਕਿ ਸਾਰੇ ਕਿਤੇ ਦੱਸਿਆ ਜਾਵੇ ਸੀ ਏ ਹੈ ਕੀ ਹੈ, ਉਸ ਬਾਰੇ ਪ੍ਰਚਾਰ ਇਹੋ ਜਿਹਾ ਕਿਉਂ ਕੀਤਾ ਜਾ ਰਿਹਾ ਹੈਗਾ? ਸ਼ਾਹੀਨ ਬਾਗ ਲਈ ਕਿਸੇ ਡਿਊਟੀ ਲਾਈ ਹੈ ਤੁਸੀਂ? ਇਸ ਤਰ੍ਹਾਂ ਅਸੀਂ ਇਹ ਸਮਝਦੇ ਹਾਂ ਕਿ ਇਹ ਕੋਈ ਐਸਾ ਕਾਨੂੰਨ ਨਹੀਂ ਕਿ ਜਿਸ ਦੀ ਕਿਸੇ ਦੀ ਨਾਗਰਿਕਤਾ ਖੋਹੀ ਜਾਏ। ਇਹ ਲੋਕਾਂ ਨੂੰ ਗਲਤ ਗੁੰਮਰਾਹ ਕਰਕੇ ਕੁਛ ਅਨਸਰਾਂ ਨੇ, ਮੈਂ ਗਰੇਵਾਲ ਸਾਹਿਬ ਇਹੀ ਸਵਾਲ ਕੀਤਾ ਸੀਗਾ, ਜੇ ਉੱਥੇ ਗੁੰਮਰਾਹ ਕੀਤਾ ਜਾ ਰਿਹਾ, ਗੁੰਮਰਾਹ ਕੋਲ ਪ੍ਰਚਾਰ ਕੀਤਾ ਜਾ ਰਿਹਾ, ਤੁਸੀਂ ਕਿਸੇ ਡਿਊਟੀ ਲਾ ਦਿਓ ਉਹਨਾਂ ਨੂੰ ਸਮਝਾ ਦੇਣਾ ਔਰਤਾਂ ਨੂੰ, ਇਹਨਾਂ ਨੂੰ ਬਿਲਕੁਲ ਬਿਲਕੁਲ ਲੱਗੀ ਹੈ, ਸਮਝਾ ਵੀ ਦੇਵਾਂਗੇ ਔਰ ਜਿਹੜੇ ਸਮਝਣਗੇ ਉਹ ਸਮਝ ਜਾਣਗੇ, ਜਿਹੜੇ ਨਹੀਂ ਸਮਝਣਗੇ ਉਹ ਗਲਤ ਰਸਤੇ ਚੱਲਦੇ ਰਹਿਣਗੇ, ਇਹ ਉਹਨਾਂ 'ਤੇ ਆ। ਬਾਕੀ ਇੱਕ ਚੀਜ਼ ਮੈਂ ਦੱਸ ਦਿੰਦਾ, ਸਾਡੇ  3 ਕਰੋੜ ਵਰਕਰ ਜਿਹੜੇ ਆ ਉਹ ਮੈਦਾਨ ਦੇ ਅੰਦਰ ਨੇ, ਅਸੀਂ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਰਹੇ ਹਾਂ ਔਰ ਪਬਲਿਕ ਸਾਰਾ ਕੁਝ ਸਮਝ ਰਹੀ ਹੈ, ਪਰ ਇਹ ਕੁਛ ਅਨਸਰ ਜਿਹੜੇ ਆ ਸਾਡੇ ਖਿਲਾਫ਼, ਉਹ ਉਹਨਾਂ ਕੋਲ ਕੋਈ ਹੋਰ ਗੱਲ ਹੈ ਨਹੀਂ ਕਹਿਣ ਨੂੰ। ਇਹ ਪਬਲਿਕ ਚਾਹੁੰਦੇ ਲੋਕ ਆ ਜਿਹੜੇ ਬੈਠੇ ਆ, ਇਹ ਪਬਲਿਕ ਚਾਹੁੰਦੇ ਆ, ਭਾਰਤ ਦੀ ਪਬਲਿਕ ਚਾਹੁੰਦੇ ਲੋਕ, ਪਬਲਿਕ ਚਾਹੁੰਦੇ। ਅਸੀਂ ਕਦੋਂ ਕਹਿੰਦੇ ਪਬਲਿਕ 'ਚ ਨਹੀਂ? ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਹੱਕ ਆ ਆਪਣੀ ਗੱਲ ਕਹਿਣ ਦਾ, ਚਾਹੇ ਉਹ 5 ਜਾਂ 7 ਦੀ ਸੰਖਿਆ 'ਚ ਕਿਉਂ ਨਾ ਹੋਣ, ਉਹਨਾਂ ਦੀ ਸੰਖਿਆ ਕਿੰਨੀ ਹੈ ਉਹਦਾ ਮਹੱਤਵ ਨਹੀਂ ਹੈ। ਉਹ ਜਿਹੜੀ ਗੱਲ ਕਹਿ ਰਹੇ ਆ ਉਹ ਗੱਲ ਗਲਤ ਕਹਿ ਰਹੇ ਆ, ਗੱਲ ਨਹੀਂ ਠੀਕ ਕਹਿ ਰਹੇ। ਨਹੀਂ, 3 ਕਰੋੜ ਵਰਕਰਾਂ ਦੇ ਵਿੱਚੋਂ ਕਿਸੇ ਦੀ ਡਿਊਟੀ ਤਾਂ ਲਾ ਦਿਓ ਉੱਥੇ, ਕੋਈ ਤਾਂ ਜਾ ਕੇ ਸਮਝਾ ਦਿਓ ਉਹਨਾਂ ਨੂੰ, ਜਿੰਨੇ ਸਮਝ ਆ ਰਹੀ ਤਾਂ। ਇਹ ਉਹ ਪੱਕੇ ਹਾਰਡ ਕੋਰ ਲੈਫਟਿਸਟ ਨੇ, ਲੈਫਟਿਸਟ ਨੇ, ਇਸ ਕਰਕੇ ਹੋ ਰਿਹਾ। ਹਾਂਜੀ ਅਮਨਦੀਪ, ਔਰਤਾਂ ਜਦੋਂ ਇਸ ਤਰ੍ਹਾਂ ਪ੍ਰਦਰਸ਼ਨ ਕਰਦੀਆਂ ਤੇ ਹਮੇਸ਼ਾ ਇਹ ਗੱਲ ਵੀ ਨਾਲ ਕਹੀ ਜਾ ਰਹੀ ਹੈ ਕਿ ਔਰਤਾਂ ਨੂੰ ਇੱਕ ਢਾਲ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਨਹੀਂ, ਮੈਂ ਇਹਦੇ ਨਾਲ ਬਿਲਕੁਲ ਇਤਫਾਕ ਨਹੀਂ ਰੱਖਦੀ। ਔਰਤਾਂ ਜਿਵੇਂ ਮੈਂ ਪਹਿਲਾਂ ਤਾਂ ਗਰੇਵਾਲ ਸਾਹਿਬ ਜੀ ਦਾ ਜਵਾਬ ਦੇਣਾ ਚਾਹੂੰਗੀ ਵੀ ਇਹਨਾਂ ਨੇ ਕਿਹਾ ਵੀ 3 ਕਰੋੜ ਸਾਡਾ ਪਾਰਟੀ ਵਰਕਰ ਇਸ ਕੰਮ ਉੱਤੇ ਲੱਗਿਆ ਹੋਇਆ। ਭਾਜਪਾ ਨੇ 250 ਪ੍ਰੈਸ ਕਾਨਫਰੰਸ ਪੂਰੇ ਦੇਸ਼ ਦੇ ਵਿੱਚ ਕਰ ਚੁੱਕੇ ਨੇ ਇਸ ਚੀਜ਼ ਨੂੰ ਸਾਬਤ ਕਰਨ ਲਈ ਵੀ ਇਹ ਜਿਹੜਾ ਕਾਨੂੰਨ ਹੈ ਕਿਸੇ ਤੋਂ ਨਾਗਰਿਕਤਾ ਖੋਈ ਨਹੀਂ ਜਾ ਰਹੀ। ਦੂਜੇ ਪਾਸੇ ਪ੍ਰਧਾਨ ਮੰਤਰੀ ਇਹ ਵੀ ਗੱਲ ਕਹਿ ਰਹੇ ਨੇ ਵੀ ਅਸੀਂ ਇਸ ਦੇ ਵਿੱਚ ਇਹ ਪੂਰੇ ਕਾਨੂੰਨ ਦੇ ਲਈ ਸਾਨੂੰ ਦੇਸ਼ ਦਾ ਸਮਰਥਨ ਹੈਗਾ, ਸਗੋਂ ਦੀ ਸੜਕਾਂ
ਉਹ ਔਰਤ ਬੈਠੀ ਉੱਥੇ ਵਿਰੋਧ ਕਰ ਰਹੀ ਹੈ ਤੇ ਉਹਨੂੰ ਕੋਈ ਨਾ 500 ਰੁਪਈਏ ਦੇ ਕੇ ਲੈ ਕੇ ਆਇਆ, ਨਾ ਉਹਨੂੰ ਕੋਈ ਬਹਿਲਾ ਫੁਸਲਾ ਰਿਹਾ ਵਾ, ਤੇ ਨਾ ਹੀ ਉਹ ਕਹਿਣ ਇਹਨਾਂ ਦੇ ਕਹਿਣ ਉਹ ਹਾਰਡ ਕੋਈ ਕੋਈ ਲੈਫਟਿਸਟ ਵਾਲੀ ਗੱਲ ਹੈ। ਉੱਥੇ ਔਰਤਾਂ ਇਸ ਵੇਲੇ ਮੈਦਾਨ 'ਚ ਉਤਰੀਆਂ ਕਿਉਂਕਿ ਉਹਨਾਂ ਨੂੰ ਪਤਾ ਵੀ ਇਸ ਵੇਲੇ ਭਾਜਪਾ ਨੇ ਕੰਮ, ਮਤਲਬ ਇਸ ਇਹ ਇਹ ਇੱਥੋਂ ਇਸ ਹੱਦ ਤੱਕ ਨੀਚੇ ਜਾ ਚੁੱਕੀ ਆ ਗੱਲ ਵੀ ਹੁਣ ਅਗਲਾ ਰਾਹ ਜਿਹੜਾ ਉਹ ਜੇਲ੍ਹਾਂ ਅਤੇ ਡਿਟੈਂਸ਼ਨ ਸੈਂਟਰ ਨੇ। ਇਸੇ ਲਈ ਸਾਡੀ ਹੋਂਦ 'ਤੇ ਸਵਾਲ ਹੈ, ਇਸ ਵੇਲੇ ਜਿਹੜਾ ਇੱਕ ਮਨੁੱਖੀ ਅਧਿਕਾਰਾਂ ਉੱਤੇ ਬਹੁਤ ਗੰਦੇ ਤਰੀਕੇ ਨਾਲ ਇੱਕ ਹਮਲਾ ਹੈ ਅਤੇ ਉਹਦੇ ਵਿਰੋਧ ਦੇ ਵਿੱਚ ਉਹ ਔਰਤਾਂ ਅੱਜ ਡਟੀਆਂ ਨੇ 35 ਦਿਨਾਂ ਤੋਂ ਕੜਾਕੇ ਦੀ ਠੰਡ ਵਿੱਚ, 2-2 ਸਾਲ ਦੀਆਂ ਬੱਚੀਆਂ ਨੂੰ ਲੈ ਕੇ ਡਟੀਆਂ ਨੇ। ਇਸੇ ਲਈ ਉਹਨਾਂ ਦਾ ਹੌਸਲਾ ਹੈ ਅਤੇ ਉਹ ਡਟੀਆਂ ਰਹਿਣਗੀਆਂ ਵੀ। ਜਿਹੜਾ ਕੋਈ ਪ੍ਰੋਟੈਸਟ ਕਰਦਾ ਜਾਂ ਵਿਰੋਧ ਕਰਦਾ ਜਾਂ ਤਾਂ ਉਹ ਦੇਸ਼ ਵਿਰੋਧੀ ਹੋ ਜਾਂਦਾ, ਹੁਣ ਇੱਕ ਨਵਾਂ ਨਾਮ ਆ ਗਿਆ ਉਹ ਲੈਫਟਿਸਟ ਹੋ ਜਾਂਦਾ। ਪਹਿਲਾਂ ਤਾਂ ਦੇਸ਼ ਵਿਰੋਧੀ ਹੁੰਦੇ, ਹੁਣ ਲੈਫਟਿਸਟ ਹੋ ਜਾਂਦਾ ਉਹ। ਮੈਂ ਇਸੇ ਗੱਲ ਦਾ ਜਵਾਬ ਦੇਣਾ ਚਾਹੁੰਦਾ ਸੀਗਾ ਵੀ ਗਰੇਵਾਲ ਸਾਹਿਬ ਨੇ ਇੱਦਾਂ ਕਹਿਤਾ ਵੀ ਉਹ ਲੈਫਟਿਸਟ ਨੇ, ਜਿੱਦਾਂ ਲੈਫਟਿਸਟ ਬੰਦੇ ਨਹੀਂ ਹੈਗੇ, ਲੈਫਟਿਸਟ ਇੰਡੀਅਨ ਸਿਟੀਜ਼ਨ ਨਹੀਂ ਹੈਗੇ। ਹਾਂਜੀ, ਜੇ ਮੈਂ ਕਹਿ ਦਵਾਂ ਵੀ ਤੁਸੀਂ ਰਾਈਟਿਸਟ ਹੋ, ਰਾਦਰ ਤੁਸੀਂ ਹੈਗੇ ਹੀ ਹੋ, ਫਿਰਕਾ ਪ੍ਰਸਤ ਹੋ, ਤੁਸੀਂ ਧਰਮ ਦੇ ਨਾਂ 'ਤੇ ਲੋਕਾਂ 'ਚ ਜ਼ਹਿਰ ਭਰ ਰਹੇ ਹੋ, ਕਮਿਊਨਿਟੀਜ਼ ਵਿੱਚ ਜ਼ਹਿਰ ਭਰ ਰਹੇ ਹੋ, ਸੌਖਾ ਤਰੀਕਾ ਤੁਸੀਂ ਲੱਭ ਲਿਆ ਵੋਟਾਂ ਲੈਣ ਦਾ, ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਕੀਤੇ, ਚਾਹੇ ਉਹ ਰੁਜ਼ਗਾਰ ਦਾ ਆ, ਚਾਹੇ ਉਹ ਐਜੂਕੇਸ਼ਨ ਦਾ ਆ, ਚਾਹੇ ਉਹ ਜਿਹੜਾ ਆ ਹੋਰ ਸਹੂਲਤਾਂ ਦੇਣ ਦਾ ਆ, ਉਹ ਸਿਹਤ ਦੇ ਮਸਲੇ ਆ, ਉਹ ਤੁਸੀਂ ਲੋਕਾਂ ਦੇ ਹੱਲ ਨਹੀਂ ਕੀਤੇ। ਇਸ ਕਰਕੇ ਆ ਸੌਖਾ ਤਰੀਕਾ ਲੱਭ ਲਿਆ ਵੀ ਵੰਡੀਆਂ ਪਾਓ, ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਤੁਸੀਂ ਚੱਲ ਪਏ। ਤੁਹਾਡਾ ਜਿਹੜਾ ਕਾਨੂੰਨ ਤੁਸੀਂ CAA ਦੇ 3 ਕਰੋੜ ਵਰਕਰ ਲਾਤੇ ਆ, ਉਹ ਵਰਕਰ ਉਹਨਾਂ ਦੇ ਵਿੱਚੋਂ ਹੀ ਕੁਛ ਗਏ ਸੀ ਨਾ JNU ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਤੇ ਹਮਲਾ ਕਰਨ ਲਈ। ਦੇਖੋ ਮੈਂ ਤਾਂ ਹੈਰਾਨ ਹਾਂ ਕਿੰਨੀ ਹਿੱਕ ਠੋਕੇ ਅਜੇ ਵੀ ਤੁਸੀਂ ਕਹੀ ਜਾਂਦੇ ਹੋ 3 ਕਰੋੜ ਵਰਕਰ ਅਸੀਂ ਲਾਤੇ ਪ੍ਰਚਾਰ ਕਰਨ ਲਈ। ਕੀ ਪ੍ਰਚਾਰ ਕਰੋਗੇ? ਸਿੱਧਾ ਸੰਵਿਧਾਨ ਦੀ ਉਲੰਘਣਾ ਆ। ਸੰਵਿਧਾਨ ਜਿਹੜਾ ਨਿਰਪੱਖ ਗੱਲ ਕਰਦਾ ਆ ਵੀ ਧਰਮ ਨਿਰਪੇਖ ਰਾਜ ਹੈ ਸਾਡਾ ਇੰਡੀਆ ਜਿਹੜਾ ਆ, ਮੀਨਸ ਸਭ ਧਰਮਾਂ ਦਾ ਸਤਿਕਾਰ ਹੈ। ਕਾਨੂੰਨ ਤੁਸੀਂ ਜਿਹੜਾ ਐਕਟ ਪਾਸ ਕੀਤਾ ਆ ਉਹ ਕੀਤਾ ਇਸ ਗੱਲ ਤੇ ਆ ਕਿ ਹਿੰਦੂ ਮੁਸਲਮਾਨ ਸਿੱਖ, ਦੇਖੋ ਗੱਲ ਨੂੰ ਕੁਛ ਤਾਂ ਤੁਸੀਂ ਇਨਸਾਨੀਅਤ ਵਾਲੀ ਗੱਲ। ਮੈਂ ਆ ਰਿਹਾ ਸੰਗੜਾ ਸਾਹਿਬ, ਸ਼ੁਰੂਆਤ ਹੀ ਗਲਤ ਹੈ। ਠੀਕ ਹੈ, ਸ਼ੁਰੂਆਤ ਹੀ ਗਲਤ ਹੈ। ਸੰਵਿਧਾਨ ਦੀ ਰੰਗਣਾ ਆ ਠੀਕ, ਬਾਕੀ ਇਹ ਜਿਹੜੀ ਕਹਿੰਦੀ ਸਿਟੀਜ਼ਨਸ਼ਿਪ ਖੋਹਦੇ ਕਿਹਨੂੰ ਕੀ ਕਰਦੇ ਆ ਉਹ ਵੱਖਰੀ ਗੱਲ ਹੈ, ਸੰਵਿਧਾਨ ਦੀ ਹੀ ਉਲੰਘਣਾ ਆ। ਠੀਕ ਹੈ, ਮੈਂ ਆ ਰਿਹਾ ਵਾਪਸ ਸੰਗੜਾ ਸਾਹਿਬ ਕੇਵਲ ਟਿਕਰਾ ਸਾਹਿਬ। ਇਹ ਸ਼ਹੀਨ ਬਾਗ ਜਿਹੜੀਆਂ ਔਰਤਾਂ ਬੈਠੀਆਂ ਉੱਥੇ ਪ੍ਰਦਰਸ਼ਨ ਕਰ ਰਹੀਆਂ ਹੈਗੀਆਂ, ਜਿਵੇਂ ਅਮਨਦੀਪ ਨੇ ਦੱਸਿਆ ਕੜਾਕੇ ਦੀ ਠੰਡ ਆ, 2-2 ਸਾਲ ਦੀਆਂ ਬੱਚੀਆਂ, ਬੱਚੇ ਉੱਥੇ ਨਾਲ ਹੈਗੇ ਆ, ਉਹਨਾਂ ਨੂੰ ਉੱਥੇ ਸਵਾਇਆ ਵੀ ਜਾ ਰਿਹਾ ਵਲੰਟੀਅਰ ਵੱਲੋਂ, ਅਤੇ ਵਲੰਟੀਅਰ ਵੱਲੋਂ ਸਾਰਾ ਧਿਆਨ ਵੀ ਰੱਖਿਆ ਜਾ ਰਿਹਾ, ਜਿਹੜੇ ਬੱਚੇ ਥੋੜ੍ਹੇ ਵੱਡੇ ਹੈਗੇ ਉਹਨਾਂ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਟਿਕਰਾ ਸਾਹਿਬ, ਇਹ ਸਿਆਸਤ ਦੇ ਮੂੰਹ 'ਤੇ ਚਪੇੜ ਮਾਰੀ ਇਹਨਾਂ ਪ੍ਰਦਰਸ਼ਨਕਾਰੀਆਂ ਨੇ, ਇਹਨਾਂ ਮੁਜ਼ਾਹਰਾਕਾਰੀਆਂ ਨੇ? ਦੇਖੋ BJP ਜਿਹੜੀ ਹੈ ਉਹ ਲੋਕਾਂ ਨੂੰ ਕਲੀਅਰ ਨਹੀਂ ਕਰਨਾ ਚਾਹੁੰਦੀ ਕੋਈ ਵੀ ਗੱਲ, ਮੂਰਖ ਬਣਾਉਣ ਦਾ ਕੰਮ BJP ਕਰਦੀ ਰਹੀ ਹੈ ਔਰ ਕਰ ਰਹੀ ਹੈ। ਇਹ ਅਸਲ 'ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲਦਾ ਹੈ ਕਿਉਂਕਿ ਅਰਥ ਵਿਵਸਥਾ 'ਤੇ ਕੋਈ ਸਵਾਲ ਨਾ ਪੁੱਛੇ, ਕੋਈ ਦੂਜੀ ਗੱਲ 'ਤੇ ਸਵਾਲ ਨਾ ਪੁੱਛੇ, ਇਸ ਕਰਕੇ ਇਹੋ ਜਿਹੇ ਮੁੱਦੇ ਲਿਆਏ ਜਾਣ ਕਿ ਜਿਸ ਦੇ ਵਿੱਚ ਲੋਕ ਜੋ ਹੈ ਉਹ ਦੂਸਰੇ ਪਾਸੇ ਨੂੰ ਆਪਣਾ ਮਾਈਂਡ ਕਰਕੇ ਸੜਕਾਂ ਦੇ ਉੱਤੇ ਰਹਿਣ। ਤੁਸੀਂ ਤਾਂ ਆਪ ਕਨਫਿਊਜ਼ ਹੋ ਗਏ ਹੁਣ ਇਸ ਮੁੱਦੇ ਤੇ ਟਿਗਰਾ ਸਾਹਿਬ, ਤੁਸੀਂ ਤਾਂ ਆਪ ਕਨਫਿਊਜ਼ ਹੋ ਗਏ, ਤੁਹਾਡੀ ਪਾਰਟੀ ਤਾਂ ਹੁਣ ਕਨਫਿਊਜ਼ ਹੋਈ ਪਈ ਹੈ, ਤੁਹਾਡੇ ਸਿੱਬਲ ਸਾਹਿਬ ਕੁਝ ਹੋਰ ਬਿਆਨ ਦੇ ਰਹੇ ਆ, ਤੁਹਾਡੀ ਪਾਰਟੀ ਕੁਝ ਹੋਰ ਬਿਆਨ ਦੇ ਰਹੀ ਹੈ। ਸਿੱਬਲ ਸਾਹਿਬ ਨੇ ਕੀ ਗੱਲ, ਪਾਰਟੀ ਖੜਦੀ ਹੈ ਨਾਲ ਸਿੱਬਲ ਸਾਹਿਬ ਦੇ ਬਿਆਨ ਦੇ ਨਾਲ ਖੜਦੀ ਹੈ ਪਾਰਟੀ? ਬਿਲਕੁਲ ਖੜਦੀ ਹੈ, ਖੜਦੀ ਹੈ, ਬਿਲਕੁਲ। ਚਲੋ ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਜਤਿੰਦਰ ਸਿੰਘ ਸਾਡੇ ਨਾਲ ਹੈਗੇ, ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਨਫਿਊਜ਼ ਹੈ ਕੌਣ ਆ ਅਤੇ ਸਮਝਾਇਆ ਕਿਉਂ ਨਹੀਂ ਜਾ ਰਿਹਾ ਹੈਗਾ। ਇਹ ਜਿਹੜੇ ਕੁਝ ਪ੍ਰਦਰਸ਼ਨਕਾਰੀ ਕੁਝ ਮੁਜ਼ਾਹਰਾਕਾਰੀ ਔਰਤਾਂ ਬੈਠੀਆਂ ਹੈਗੀਆਂ, ਕਿ ਇਹਨਾਂ ਦੇ ਪਿੱਛੇ ਕੋਈ ਫੋਰਸ ਤਾਂ ਨਹੀਂ ਕੰਮ ਕਰ ਰਹੀ? ਇਹ ਸਵਾਲ ਹੈ ਜਿਹੜੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾ ਰਹੇ ਆ। ਕਿਉਂ ਵਾਇਰਲ ਕੀਤੇ ਜਾ ਰਹੇ ਆ? 500 ਰੁਪਏ ਲਈ ਗੱਲ ਕਿਹਨੇ ਚੁੱਕੀ ਹੈ ਕਿ ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਹੋਣਗੇ ਜ਼ਰੂਰ। ਅਸੀਂ ਸਵਾਲੇ ਪੁੱਛ ਰਹੇ ਹਾਂ, CAA ਅਤੇ ਸ਼ਾਹੀਨ ਬਾਗ ਦਾ ਸਫ਼ਰ ਕਿਹੜੇ ਸਫ਼ਿਆਂ 'ਤੇ ਲਿਖਿਆ ਜਾਵੇਗਾ? ਜਤਿੰਦਰ ਸਿੰਘ ਜੀ, ਸ਼ਹੀਨ ਦਾ ਮਤਲਬ ਇੱਕ ਤਾਂ ਸਮਝਾ ਦਿਉ, ਅਤੇ ਇੱਕ ਇਸ ਮੁਹੱਲੇ ਦਾ ਜਿਹਦਾ ਨਕਸ਼ੇ 'ਤੇ ਸਿਰਫ ਇੱਕ ਬਿੰਦੀ ਵਰਗਾ ਚਿੰਨ ਹੈਗਾ, ਉਸ ਦਾ ਮਤਲਬ ਸਮਝਾ ਦਿਉ, ਇੱਥੋਂ ਅੰਦੋਲਨ ਖੜ੍ਹਾ ਹੋਣ ਦਾ ਮਤਲਬ ਹੈ ਕੀ ਹੈ? ਦੇਖੋ ਜੀ, ਮਤਲਬ ਜਿਹੜਾ ਸ਼ਹੀਨ ਹੈ ਇਹ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਦ੍ਰਿੜ ਨਿਸ਼ਚੇ, ਮਤਲਬ ਤੁਸੀਂ ਠਾਣ ਲਿਆਏ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਠਾਣ ਲੈਂਦੇ ਹੋ ਅਤੇ ਇਹ ਕਿਸੇ ਕਿਸਮ ਦੀ ਕਨਫਿਊਜ਼ਨ ਜਾਂ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੁੰਦਾ। ਜਿਹੜੇ ਉੱਥੇ ਆਏ ਬੈਠੇ ਨੇ ਔਰਤਾਂ ਨੇ, ਬੱਚੇ ਨੇ, ਮੁਸਲਿਮ ਔਰਤਾਂ ਨੇ ਜਾਂ ਮੁਸਲਿਮ ਜਿਹੜੇ ਬਾਕੀ ਦੇ ਉੱਥੇ ਆਏ ਬੈਠੇ ਨੇ, ਉਹ ਬਹੁਤ ਕਲੈਰਿਟੀ 'ਚ ਬੈਠੇ ਨੇ, ਉਹਨਾਂ ਨੂੰ ਕਿਸੇ ਗੱਲ ਦੀ ਕੋਈ ਕਨਫਿਊਜ਼ਨ ਨਹੀਂ। ਇੱਕ ਮੁਸਲਿਮ ਭਾਈਚਾਰਾ ਜਿਹਨੂੰ ਇਸ ਗੱਲ ਦੀ ਕਲੈਰਿਟੀ ਹੋ ਗਈ ਵੀ ਹੁਣ ਹਿੰਦੁਸਤਾਨ 'ਚ ਅਸੀਂ ਨਾਗਰਿਕ ਦੇ ਤੌਰ 'ਤੇ ਵੀ ਨਹੀਂ ਰਹਾਂਗੇ, ਉਹ ਤਾਂ ਦੂਜੇ ਦਰਜੇ ਦੇ ਨਾਗਰਿਕ ਦੇ ਤੌਰ 'ਤੇ ਰਹਿਣ ਨੂੰ ਵੀ ਤਿਆਰ ਸੀ, ਅਤੇ ਤੁਸੀਂ ਹੁਣ ਉਹਨਾਂ ਦੀ ਨਾਗਰਿਕਤਾ 'ਤੇ ਸਵਾਲ ਕਰਤਾ। ਇਹ ਇੱਕ ਪਹਿਲਾ ਮਸਲਾ ਹੈ, ਉਹਨਾਂ ਨੂੰ ਬਹੁਤ ਸਪਸ਼ਟ ਹੈ ਵੀ ਇਹ ਲੜਾਈ ਕਰੋ ਜਾਂ ਮਰੋ ਦੀ ਹੈ, ਜਾਂ ਹੁਣ ਹੈਗੇ ਹਾਂ ਜਾਂ ਨਹੀਂ ਅਸੀਂ ਰਹਾਂਗੇ। ਦੂਜਾ ਮਸਲਾ ਹੈਗਾ ਜਿਹੜੇ ਵਿਦਿਆਰਥੀ ਨੇ, ਵਿਦਿਆਰਥੀ ਨੂੰ ਇਸ ਗੱਲ ਦਾ ਤੈਅ ਹੋ ਗਿਆ ਵੀ ਜੇ ਹੁਣ ਨਹੀਂ ਲੜੇ ਤਾਂ ਸਾਤੋਂ ਸਿੱਖਿਆ ਵੀ ਜਾਣੀ ਹੈ, ਸਿੱਖਿਆ ਦੇ ਅਫਸਰ ਵੀ ਜਾਣੇ ਨੇ, ਨੌਕਰੀਆਂ ਵੀ ਜਾਣੀਆਂ ਨੇ। ਜਿਹੜਾ ਤੀਜਾ ਮਸਲਾ ਹੈ, ਜਿਹੜੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ
ਤੇ ਜਿਸ ਕਿਸਮ ਦੇ ਕਰਜ਼ੇ ਵੱਧ ਰਹੇ ਨੇ ਸਾਡੇ ਕੋਲੇ ਵੀ ਕੋਈ ਹੁਣ ਜਿਹੜਾ ਮੌਕਾ ਹੈ ਬਿਨਾਂ ਲੜਾਈ ਤੋਂ ਰਹਿ ਨਹੀਂ ਗਿਆ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਸ਼ਾਹੀਨ ਬਾਗ 'ਚ ਬੈਠੇ ਨੇ ਚਾਹੇ ਉਹ 75 ਸਾਲਾਂ ਦੀ ਬਜ਼ੁਰਗ ਹੋਵੇ ਜਿਹਨੇ ਕਿਹਾ ਹੈ ਵੀ ਅਸੀਂ ਹੁਣ ਸਾਡੇ ਉੱਡਣ ਦਾ ਵੇਲਾ ਹੈ, ਅਸੀਂ ਅਸਮਾਨ ਦੇਖਣਾ ਹੈ। ਹੋ ਸਕਦਾ ਬਹੁਤ ਸਾਰੀਆਂ ਔਰਤਾਂ ਉਹਨਾਂ 'ਚ ਪਹਿਲੀ ਵਾਰੀ ਨਿਕਲੀਆਂ ਹੋਣ, ਨਾ ਉਹਨਾਂ ਨੂੰ ਜਿਹੜਾ ਹੈਗਾ ਉਹ ਹੈਗੀ ਆ ਕਿਸੇ ਗੱਲ ਦੀ ਕਨਫਿਊਜ਼ਨ, ਨਾ ਬੀਜੇਪੀ ਅਤੇ RSS ਨੂੰ ਕਿਸੇ ਗੱਲ ਦੀ ਕਨਫਿਊਜ਼ਨ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਹੁਣੀ ਉਹ ਮੌਕਾ ਹੈ ਜਦੋਂ ਉਹਨਾਂ ਨੇ ਹਿੰਦੁੱਤਵ ਰਾਸ਼ਟਰ ਜਿਹੜਾ ਫਾਸੀਵਾਦੀ ਰਾਸ਼ਟਰ ਹੈ ਜਿਹਦੀ ਨੀਂਹ ਬ੍ਰਾਹਮਣਵਾਦ ਹੈ ਉਹ ਇਹੀ ਮੌਕਾ ਹੈ ਜਦੋਂ ਉਹ ਬਣਾ ਸਕਦੇ ਨੇ। ਇਸ ਕਰਕੇ ਕਲੈਰਿਟੀ ਦੋਨਾਂ ਪਾਸੇ ਨਹੀਂ। ਫਿਰ ਇਹ ਸਵਾਲ ਕਿਉਂ ਚੁੱਕਿਆ ਜਾ ਰਿਹਾ ਕਿਉਂਕਿ ਅਮਿਤ ਸ਼ਾਹ ਅਤੇ ਮਿਸਟਰ ਮੋਦੀ ਕਦੋਂ ਆਉਣਗੇ ਇੱਥੇ, ਉਹ ਸਵਾਲ ਕਿਉਂ ਉਠਾਇਆ ਜਾ ਰਿਹਾ ਫਿਰ ਉੱਥੇ? ਕਿਉਂਕਿ ਸਵਾਲ ਇਸ ਕਰਕੇ ਉਠਾਇਆ ਜਾ ਰਿਹਾ ਹੈ ਵੀ ਉਹ ਸਮੇਂ ਦੀ ਸਰਕਾਰ ਹੈ, ਇੱਕ ਗ੍ਰਹਿ ਮੰਤਰੀ ਹੈ ਤੇ ਦੂਜਾ ਨਹੀਂ। ਜਦੋਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜਤਿੰਦਰ ਜੀ ਵੀ ਉਹ ਕਨਫਿਊਜ਼ ਨਹੀਂ ਹੈਗੀ ਬੀਜੇਪੀ ਨੂੰ ਪਤਾ ਇਹੀ ਮੌਕਾ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਮੇਂ ਦੀ ਸਰਕਾਰ ਅੱਗੇ ਸਵਾਲ ਇਹ ਰੱਖਣਾ ਲਾਜ਼ਮੀ ਹੈਗਾ, ਸਮੇਂ ਦੀ ਸਰਕਾਰ ਇਹ ਸਵਾਲ ਨੂੰ ਬਰਦਾਸ਼ਤ ਕਰ ਲੂਗੀ? ਨਹੀਂ, ਸਮੇਂ ਦੀ ਸਰਕਾਰ ਤਾਂ ਸਵਾਲ ਨੂੰ ਇਸ ਬਰਦਾਸ਼ਤ ਨੂੰ ਕਰ ਹੀ ਨਹੀਂ ਰਹੀ ਕਿਉਂਕਿ ਤੁਸੀਂ ਉਹਨਾਂ ਦੀਆਂ ਜਿਹੜੇ ਉਹਨਾਂ ਦੇ ਸਵਾਲ ਨੇ ਉਹਨਾਂ ਨੂੰ ਸੰਬੋਧਨ ਹੋਣ ਦੀ ਬਜਾਏ ਕਰੀ ਤੁਸੀਂ ਕਹਿੰਦੇ ਹੋ 500 ਰੁਪਏ 'ਚ ਵੀਡੀਓ, ਮਤਲਬ ਤੁਸੀਂ 500 ਰੁਪਏ 'ਚ ਉੱਥੇ ਬੈਠੇ ਨੇ, ਕਰੀ ਤੁਸੀਂ ਕਹਿ ਰਹੇ ਹੋ ਵੀ ਕਸ਼ਮੀਰ 'ਚ ਵੀ 500 ਰੁਪਏ 'ਚ ਪਥਰਾ ਹੁੰਦਾ ਸੀ, ਇੱਥੇ 500 ਰੁਪਏ 'ਚ ਬੈਠੇ ਹੋ। ਦਰਅਸਲ ਤੁਸੀਂ ਕਿਸੇ ਗੱਲ ਦਾ ਕਿਸੇ ਸਵਾਲ ਦਾ ਜਵਾਬ ਦੇਣਾ ਹੀ ਨਹੀਂ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਵਾਬ ਕੀ ਹੈ। ਇਹ ਬਹੁਤ ਸਪਸ਼ਟ ਹੈ, ਬਹੁਤ ਕਲੀਅਰ ਹੈ। ਨਰਿੰਦਰ ਮੋਦੀ ਜੋ ਮਰਜ਼ੀ ਕਹੀ ਜਾਣ, ਅਮਿਤ ਸ਼ਾਹ ਜੋ ਮਰਜ਼ੀ ਕਹੀ ਜਾਣ, ਉਹਨਾਂ ਦੇ ਬਹੁਤ ਸਾਰੇ ਲੀਡਰ ਇਹ ਕਹਿੰਦੇ ਨੇ ਵੀ ਅਸੀਂ ਮੁਸਲਮਾਨਾਂ ਨੂੰ ਇੱਥੋਂ ਕੱਢਣਾ ਹੈ ਅਤੇ ਅਸੀਂ ਕੱਢ ਕੇ ਰਹਾਂਗੇ ਜਿੰਨੇ ਵੀ ਸ਼ਰਨਾਰਥੀ ਨੇ ਜਿਨ੍ਹਾਂ ਕੋਲ ਨਾਗਰਿਕਤਾ ਹੈ ਜਾਂ ਨਹੀਂ ਹੈ। UP 'ਚ ਤੁਸੀਂ ਆਲਰੇਡੀ ਉਹ ਪ੍ਰੋਸੈਸ ਸ਼ੁਰੂ ਕਰ ਚੁੱਕੇ ਹੋ, ਮਤਲਬ ਜਿਹਦੇ 'ਚ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਕੌਣ ਨਾਗਰਿਕ ਹੈ ਕੌਣ ਨਹੀਂ ਹੈ। ਇਸ ਕਰਕੇ ਇਸ ਮਸਲੇ 'ਚ ਬਿਲਕੁਲ ਕਲੈਰਿਟੀ ਹੈ, ਬੀਜੇਪੀ ਨੂੰ ਵੀ ਕਲੈਰਿਟੀ ਹੈ, ਲੜਨ ਵਾਲੇ ਲੋਕਾਂ ਨੂੰ ਵੀ ਕਲੈਰਿਟੀ ਹੈ। ਮਸਲਾ ਸਿਰਫ ਇਹ ਦੇਖਣਾ ਹੈ ਵੀ ਇਹ ਸੰਘਰਸ਼ ਕਿੰਨਾ ਕੁ ਲੰਬਾ ਚੱਲੇ, ਕਿੰਨਾ ਲੰਬਾ ਚੱਲੂਗਾ। ਠੀਕ ਹੈ ਗਰੇਵਾਲ ਸਾਹਿਬ, ਸ਼ਹੀਨ ਬਾਗ ਦੇ ਵਿੱਚ ਹਿੰਸਾ ਕਿਉਂ ਨਹੀਂ ਹੋਈ ਹੁਣ ਤੀਕਰ? ਕਿਉਂਕਿ ਜਿਹੜੇ ਵੀ ਅੰਦੋਲਨ ਇਸ ਮੁੱਦੇ 'ਤੇ ਖੜ੍ਹੇ ਹੋਏ ਆ ਉਹਨਾਂ ਵਿੱਚ ਹਿੰਸਾ ਕਿਵੇਂ ਨਾ ਕਿਵੇਂ ਐਂਟਰ ਕਰ ਗਈ ਆ, ਅਤੇ ਉੱਥੋਂ ਦੇ ਲੋਕ ਕਹਿੰਦੇ ਹੈਗੇ ਕਿ ਸਿਆਸਤਦਾਨਾਂ ਨੂੰ ਅਸੀਂ ਪਾਸੇ ਰੱਖਿਆ ਅਤੇ ਇਹ ਸਿਆਸੀ ਕੰਟਰੋਲ ਇਸ ਤੋਂ ਬਾਹਰ ਪਾਸੇ ਆ, ਇਸ ਕਰਕੇ ਇੱਥੇ ਹਿੰਸਾ ਨਹੀਂ ਹੋ ਰਹੀ ਅਤੇ ਵਲੰਟੀਅਰ ਪੂਰੀ ਤਰ੍ਹਾਂ ਤੈਨਾਤ ਹੈਗੇ ਆ। KP ਜੀ, ਪਹਿਲੀ ਗੱਲ ਮੈਨੂੰ ਮੇਰੀ ਗੱਲ ਕਹਿ ਲੈਣ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਮਹਿਲਾਵਾਂ ਉੱਥੇ ਬੈਠੀਆਂ ਨੇ ਕਿ ਉਹੀ ਮਹਿਲਾਵਾਂ ਨੂੰ ਰਿਪ੍ਰੈਜ਼ੈਂਟ ਕਰਦੀਆਂ ਨੇ? ਜਿਹੜੀਆਂ ਲੱਖਾਂ ਮਹਿਲਾਵਾਂ ਸੜਕਾਂ 'ਤੇ ਆ ਕੇ CAA ਦੇ ਸਮਰਥਨ 'ਚ ਆਉਂਦੀਆਂ ਨੇ ਜਾਂ CAA ਦੇ ਸਮਰਥਨ 'ਚ ਸਵਾਲ ਕਰ ਲੈ, ਇੱਕ ਮਿੰਟ ਮੇਰੀ ਗੱਲ ਸੁਣ, ਗੱਲ ਪੂਰੀ ਕਰ, ਮੈਨੂੰ ਗੱਲ ਕਰ ਲੈ। ਚਲੋ ਕਰ ਲਓ, ਕਰ ਲਓ। ਹੁਣ ਇੱਥੇ ਪਟਿਆਲੇ ਦੇ ਅੰਦਰ 700 ਲੋਕ ਇਹਨਾਂ ਦੇ ਆਏ, ਉਹਨਾਂ ਨੇ ਸੜਕਾਂ 'ਤੇ ਘੁੰਮੇ, 5,500 ਲੋਕ ਇਸ ਸਮਰਥਨ 'ਚ ਆਏ, ਉਹਦੇ 'ਚ ਮਹਿਲਾਵਾਂ ਵੀ ਸੀਗੀਆਂ ਬਹੁਤ ਬੜੀ ਤਾਦਾਦ 'ਚ, ਅਤੇ ਉਹ ਵੀ ਉੱਥੇ ਸੜ, ਇਸੇ ਤਰ੍ਹਾਂ ਹਰ ਜਗ੍ਹਾ ਪੂਰੇ ਦੇਸ਼ 'ਚ ਹੋ ਰਿਹਾ। ਚੰਦ ਲੋਕ ਜਾਣ ਬੁੱਝ ਕੇ ਲੋਕਾਂ ਨੂੰ ਗਲਤ ਦਿਸ਼ਾ ਦੇਣ ਦੇ ਲਈ, ਸਮਾਜ ਨੂੰ ਗਲਤ ਦਿਸ਼ਾ ਦੇਣ ਦੇ ਲਈ ਇਹਨਾਂ ਕੰਮਾਂ 'ਚ ਲੱਗੇ ਹੋਏ ਆ, ਉਹਨਾਂ ਨੂੰ ਉਤਸ਼ਾਹਿਤ ਕਰਦੇ ਆ। ਕੁਛ ਲੋਕ ਗਲਤ ਫਹਿਮੀ 'ਚ ਉਸ ਗੱਲ ਨੂੰ ਪੂਰਾ ਸਮਝ ਨਹੀਂ ਸਕੇ ਜਾਂ ਅਸੀਂ ਸਮਝਾ ਨਹੀਂ ਸਕੇ, ਇਸ ਲਈ ਲੱਗੇ ਹੋਏ ਆ, ਔਰ ਇਹ ਮਦਦ ਕਰਦੇ ਆ ਘੁਸਪੈਠੀਆਂ ਦੀ। ਅਸੀਂ ਨਾਗਰਿਕਤਾ ਦੀ ਗੱਲ ਕਰਨੀ ਆ, ਸ਼ਰਨਾਰਥੀ ਆ ਫਰਕ ਆ ਸਾਡੀ ਤਿੰਨਾਂ ਦੀ। ਹੁਣ ਮੈਂ ਸਵਾਲ ਕਰ ਲਾਂ, ਹਾਂਜੀ ਹੁਣ ਸਵਾਲ ਕਰ ਲਾਂ। ਤੁਸੀਂ 3 ਤਲਾਕ 'ਤੇ ਜਦੋਂ ਮੁੱਦਾ ਸੀਗਾ ਉਦੋਂ ਤੁਸੀਂ ਇਹਨਾਂ ਨੂੰ ਭੈਣਾਂ ਦੱਸਦੇ, ਧੀਆਂ ਦੱਸਦੇ, ਸਭ ਕੁਝ ਦੱਸਦੇ ਸੀਗੇ, ਹੁਣ ਇਹੀ ਤੁਹਾਡੇ ਲਈ ਘੁਸਪੈਠੀਆਂ ਦੀ ਮਦਦ ਕਰਨ ਵਾਲੇ ਹੋ ਗਏ, ਇਹੀ ਤੁਹਾਡੇ ਲਈ ਲੈਫਟਿਸਟ ਹੋ ਗਏ? ਅੱਜ ਉਹੀ ਲੈਫਟਿਸਟ ਨਹੀਂ ਹੈ, ਇਹ ਜਿਹੜੀ ਚਿੰਗਾਰੀ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਦੇਸ਼ ਦੇ ਅੰਦਰ, ਔਰ ਇਹ ਲਗਾਤਾਰ ਕਰਦੇ ਰਹਿੰਦੇ, ਇਸੇ ਕਰਕੇ ਦੇਸ਼ ਦੇ ਲੋਕਾਂ ਨੇ ਇਸ ਵਿਚਾਰਧਾਰਾ ਨੂੰ ਰਿਜੈਕਟ ਕੀਤਾ। ਔਰ ਬਾਕੀ ਕਾਂਗਰਸ ਜਿਹੜੀ ਹੈ ਉਹ ਆਪਣੇ ਆਪ 'ਚ ਉਹਨੂੰ ਕਲੈਰਿਟੀ ਨਹੀਂ, ਸਿੱਬਲ ਸਾਹਿਬ ਕਹਿ ਰਹੇ ਆ ਕਿ ਵੀ ਇਹ ਲਾਗੂ ਹੋਣਾ ਚਾਹੀਦਾ, ਇਹ ਸੰਵਿਧਾਨ ਦੀ ਉਲੰਘਣਾ ਹੋਏਗੀ, ਅਤੇ ਇਹ ਸੰਵਿਧਾਨ ਦੀ ਰੱਖਿਆ ਕਰਨ ਦੀ ਗੱਲ ਕਰਦੇ ਕਰਦੇ ਕਾਂਗਰਸ ਵਾਲੇ ਇਹ ਉਲੰਘਣਾ ਕਰਨ ਲੱਗ ਗਏ, ਅਤੇ ਇਹਨਾਂ ਨੂੰ ਉਸ ਚੀਜ਼ 'ਤੇ ਕਲੈਰਿਟੀ ਨਹੀਂ, ਪਹਿਲਾਂ ਆਪਣੇ ਘਰ 'ਚ ਬੈਠ ਕੇ ਸੋਚ ਲੈਣ ਕਿ ਇਹਨਾਂ ਨੇ ਕੀ ਕਰਨਾ। ਹੁਣ ਤੁਹਾਡੇ ਖਿਲਾਫ ਕੌਣ, ਲੈਫਟਿਸਟ ਹੈ ਜਾਂ ਕਾਂਗਰਸ ਹੈ? ਇਹ ਤਾਂ ਇਸ ਕਰਕੇ ਕਾਂਗਰਸ ਦੇ ਆਪਣੇ ਪੈਰਾਂ 'ਚ ਜਾਨ ਨਹੀਂ ਰਹੀ, ਇਸ ਕਰਕੇ ਉਹ ਸਹਾਰਾ ਲੱਭਦੇ ਆ ਅਤੇ ਸਾਡੇ ਖਿਲਾਫ਼ ਕੋਈ ਨਾ ਕੋਈ ਮੂਵਮੈਂਟ ਚਲਾਉਣ ਦੀ ਗੱਲ ਕਰਦੇ ਆ। ਲੈਫਟਿਸਟ ਦੇ ਸਹਾਰੇ ਅੱਗੇ ਜਾ ਰਹੇ ਆ, ਸਾਰੇ ਹੀ ਮਿਲੇ ਹੋਏ ਆ। ਅਮਨਦੀਪ, ਇਹ ਔਰਤਾਂ ਕੀ ਸੋਚਦੀਆਂ ਜਦੋਂ ਉੱਥੇ ਅੰਦੋਲਨ 'ਚ ਜਾਂਦੀਆਂ, ਉੱਥੇ ਬੈਠਦੀਆਂ ਹੈਗੀਆਂ, ਜਦੋਂ ਔਰਤਾਂ ਨੂੰ ਇਹ ਸਵਾਲ ਉਹਨਾਂ ਅੱਗੇ ਪੁੱਛਿਆ ਜਾਂਦਾ, ਉੱਥੇ ਮੀਡੀਆ ਵੀ ਜਾ ਰਿਹਾ ਵਾਰ ਵਾਰ ਇਹ ਸਵਾਲ ਕੀਤਾ ਜਾਂਦਾ ਕਿ ਤੁਸੀਂ 500 ਰੁਪਏ ਦਿਹਾੜੀ ਲੈ ਕੇ ਇੱਥੇ ਬੈਠੀਆਂ ਹੋਈਆਂ, ਤੁਹਾਡੇ ਬਾਰੇ ਜਿਹੜੇ ਕਥਿਤ ਵੀਡੀਓ ਵਾਇਰਲ ਹੋ ਰਹੇ ਆ, ਉਹਨਾਂ ਦੇ ਮਨਾਂ ਵਿੱਚ ਕੀ ਚੱਲਦਾ ਹੋਊਗਾ ਜਦੋਂ ਉਹਨਾਂ ਦੇ ਅੰਦੋਲਨ 'ਤੇ ਸਿੱਧਾ ਸਵਾਲ ਇਹ ਪੁੱਛਿਆ ਜਾਵੇ? ਮਤਲਬ ਇਸ ਵੇਲੇ ਜਦੋਂ ਇਹਨਾਂ ਔਰਤਾਂ ਦੇ ਨਾਲ ਬਹੁਤ ਸਾਰੇ ਅੱਡ ਅੱਡ ਵੀਡੀਓ ਨੇ, ਬਹੁਤ ਸਾਰੀਆਂ ਔਰਤਾਂ ਦੇ ਅੱਡ ਅੱਡ ਬਿਆਨ ਆ ਰਹੇ ਨੇ ਜਿਹਦੇ ਵਿੱਚ ਔਰਤਾਂ ਬਹੁਤੀਆਂ ਇਹੀ ਕਹਿ ਰਹੀਆਂ ਨੇ ਇਹ ਪਹਿਲੀ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਅੰਦੋਲਨ ਦੇ ਵਿੱਚ ਬਾਹਰ ਨਿਕਲੀ ਹਾਂ, ਕਿਉਂਕਿ ਇਸ ਵੇਲੇ ਸਾਡੇ ਬੱਚਿਆਂ ਉੱਤੇ ਹਮਲਾ ਹੈ, ਸਾਡੇ ਭਵਿੱਖ ਉੱਤੇ ਹਮਲਾ ਹੈ ਅਤੇ ਸਾਡੀ ਹੋਂਦ ਉੱਤੇ ਹਮਲਾ ਹੈ। ਇਸ ਕਰਕੇ ਉਹ ਔਰਤਾਂ ਸਿਰਫ ਸ਼ਹੀਨ ਬਾਗ ਤੋਂ ਸ਼ੁਰੂਆਤ ਹੋਈ ਹੈ, ਪਰ ਆਪਾਂ ਦੇਖੀਏ
ਸਰਕਾਰ ਜਿਹਦਾ ਇੱਕ ਕਹਿਣ ਨੂੰ ਅਖੌਤੀ ਹਿੰਦੂ ਰਾਸ਼ਟਰ ਇਹਨਾਂ ਨੇ ਬਣਾਉਣਾ ਹੈ, ਜਿਹਦਾ ਮਾਡਲ ਇਹ ਯੂਪੀ ਦੇ ਵਿੱਚ ਸ਼ਰੇਆਮ ਸਾਨੂੰ ਦਿਸ ਰਿਹਾ ਵਾ, ਉੱਥੇ ਲੋਕਾਂ ਦੀਆਂ ਕੀ ਹਾਲਤਾਂ ਨੇ, ਇਹੋ ਜਿਹੀਆਂ ਹਾਲਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਪਤਾ ਹੈ ਕਿ ਅੱਜ ਜੇ ਨਹੀਂ ਲੜਦੇ ਤਾਂ ਅੱਜ ਸਾਡੀ ਸਿੱਧਾ ਮਤਲਬ ਉਹੀ ਵੀ ਸਾਨੂੰ ਡਿਟੈਂਸ਼ਨ ਸੈਂਟਰਾਂ ਤੱਕ ਅੱਜ ਸਾਡੀ ਹੋਂਦ ਖਤਰੇ 'ਚ ਹੈ। ਇਸੇ ਲਈ ਉਹ ਔਰਤਾਂ ਵਾਰ ਵਾਰ ਸੜਕਾਂ 'ਤੇ ਨੇ, ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਨੇ ਵੀ ਇੱਥੇ ਅਸੀਂ ਲੱਖਾਂ ਦੀ ਗਿਣਤੀ ਵਿੱਚ ਮਾਰਚ ਕਰ ਰਹੇ। ਮੈਂ ਕਹਿੰਦੀ ਕਿਹੜਾ ਮਾਰਚ ਹੋਇਆ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ, ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਇੱਥੇ ਚੰਡੀਗੜ੍ਹ ਦੇ ਵਿੱਚ ਹੋਇਆ ਨਹੀਂ ਇਸ ਤਰ੍ਹਾਂ ਵੀ 2-3 ਹਜ਼ਾਰ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਸ਼ਰੇਆਮ ਮਾਰਚ ਕਰ ਰਹੇ ਨੇ, ਅਤੇ ਅੱਜ ਉਹ ਲੋਕ ਸੜਕਾਂ 'ਤੇ ਇਸੇ ਕਰਕੇ ਨੇ ਕਿਉਂਕਿ ਅੱਜ ਸਰਕਾਰ ਦੇ ਉਸ ਇਸ ਏਜੰਡੇ ਨੂੰ ਉਹ ਰਿਜੈਕਟ ਕਰਦੇ ਨੇ, ਇਸ ਏਜੰਡੇ ਦੇ ਵਿਰੋਧ ਦੇ ਵਿੱਚ ਉਹ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਉਹਦੇ 'ਚ ਵਿਦਿਆਰਥੀ, ਹਰ ਤਰ੍ਹਾਂ ਦਾ ਵਰਗ, ਹਰ ਤਰ੍ਹਾਂ ਦੇ ਲੋਕ ਇੱਕ ਜੁੱਟਤਾ ਬਣਾਈ ਹੋਈ ਆ ਕਾਹਦੇ ਖਿਲਾਫ, ਇਸ ਫਿਰਕੂ ਜਿਹੜੀ ਜ਼ਹਿਰ ਆ ਜਿਹੜਾ ਸਮਾਜ ਦੇ ਵਿੱਚ ਘੋਲਿਆ ਜਾ ਰਿਹਾ, ਜਿਹੜਾ ਹਿੰਦੂ ਰਾਸ਼ਟਰ ਬਣਾਉਣ ਵੱਲ ਇਹਨਾਂ ਦਾ ਪਹਿਲਾਂ NRC ਕਹਿੰਦੇ ਨੇ, ਫਿਰ ਥੁੱਕ ਕੇ ਚੱਟ ਲੈਂਦੇ ਨੇ ਵੀ ਅਸੀਂ ਤਾਂ ਕਦੇ NRC ਦੀ ਗੱਲ ਨਹੀਂ ਕੀਤੀ, ਫਿਰ NPR ਸ਼ਬਦ ਲੈ ਕੇ ਆਉਂਦੇ ਨੇ, ਸਗੋਂ ਦੀ ਇਹਨਾਂ ਦੇ ਆਪਦੇ ਮਤਲਬ ਇਹਨਾਂ ਦੇ ਹੋਮ ਮਿਨਿਸਟਰ ਦੇ ਰਾਜਨਾਥ ਸਿੰਘ ਦੇ ਪਿਛਲੇ 14 ਤੋਂ ਲੈ ਕੇ ਲਗਾਤਾਰ ਬਿਆਨ ਨੇ ਵੀ ਪਹਿਲਾਂ NPR ਹੋਊਗਾ ਫਿਰ ਉਹਦੀ ਤਰਜ਼ 'ਤੇ NRC ਹੋਊਗਾ, ਅਤੇ ਇਸੇ ਕਰਕੇ ਅੱਜ ਲੋਕਾਂ ਨੂੰ ਇਹ ਪੂਰੀ ਕਲੈਰਿਟੀ ਹੈ ਵੀ ਇਹ ਸਰਕਾਰ ਦੇ ਏਜੰਡੇ ਨੇ, ਇਸੇ ਲਈ ਇਹਦੇ ਵਿਰੋਧ ਵਿੱਚ ਲੋਕ ਸੜਕਾਂ 'ਤੇ ਅੱਜ ਆ ਰਹੇ। ਇਹ ਮਰਦ ਪ੍ਰਧਾਨ ਸਮਾਜ ਦੇ ਵਿਚਾਲੇ ਇਹੋ ਜਿਹਾ ਅੰਦੋਲਨ ਖੜਾ ਹੋਣਾ, ਮੇਰਾ ਖਿਆਲ ਸਿਆਸਤਦਾਨਾਂ ਦੇ ਨਾਲ ਨਾਲ ਮਰਦ ਪ੍ਰਧਾਨ ਸਮਾਜ ਨੂੰ ਵੀ ਹੁਣ ਸੋਚਣਾ ਪਵੇਗਾ ਕਿ ਔਰਤਾਂ ਹੁਣ ਜਾਗਰੂਕ ਹੋ ਗਈਆਂ ਨੇ, ਖੜੀਆਂ ਹੋ ਗਈਆਂ ਨੇ। ਨਹੀਂ, ਇਹ ਤਾਂ ਪੋਜ਼ਿਟਿਵ ਸਾਈਨ ਹੈ ਸਮਾਜ ਵਾਸਤੇ, ਤਾਂ ਇਹ ਮਤਲਬ 21ਵੀਂ ਸਦੀ 'ਚ ਆਪਾਂ ਜਾ ਰਹੇ ਹਾਂ, ਤੁਸੀਂ ਹੁਣ ਪੁਰਾਣੀ ਗੱਲ ਨਾ ਕਰੋ, ਤੁਸੀਂ ਦੇਖੋ ਵੀ ਇਹ ਤਾਂ ਇੱਕ ਬਹੁਤ ਹੀ ਪੋਜ਼ਿਟਿਵ ਸਾਈਨ ਹੈ ਕਿ ਉੱਥੇ ਉਹ ਮਹਿਲਾਵਾਂ ਯੰਗ ਵੀ ਅਤੇ ਓਲਡ ਵੀ ਉਹ ਬੈਠੀਆਂ ਆ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਨੇੜੇ ਤੇੜੇ ਦਾ ਕੋਈ ਵੱਡਾ ਵਾਸਤਾ ਲੱਗਦਾ ਨਹੀਂ ਹੈ, ਔਰ ਜਿਹੜੀਆਂ ਮਜੋਰਿਟੀ ਆਫ ਦਮ ਜਿੰਨਾ ਕੁ ਮੇਰੀ ਸਮਝ ਹੈ ਘਰ 'ਚੋਂ ਪਹਿਲੀ ਵਾਰੀ ਨਿਕਲ ਕੇ ਇੱਦਾਂ ਦੇ ਕਿਸੇ ਅੰਦੋਲਨ 'ਚ ਪਾਰਟੀਸਪੇਟ ਕਰ ਰਹੀਆਂ। ਚਲੋ ਉਹਨਾਂ ਦੇ 500 ਰੁਪਏ ਦਾ ਇਲਜ਼ਾਮ ਲਾ ਦਿਓ, ਜੋ ਮਰਜ਼ੀ ਕਰ ਦਿਓ, ਪੈਸੇ ਦੇ ਕੇ ਰੈਲੀਆਂ ਕਰਨਾ ਇਹਨਾਂ ਵੱਡੀਆਂ ਪਾਰਟੀਆਂ ਦਾ ਕੰਮ ਹੈ। ਇਹ ਮਤਲਬ ਇਹੋ ਜਿਹੇ ਧਰਨੇ ਜਿਹੜੇ ਆ ਉਹ ਪੈਸੇ ਦੇ ਕੇ ਨਹੀਂ, ਕੋਈ ਉੱਥੇ ਬੈਠਦਾ ਰਿਸਕ ਲੈਂਦਾ ਐਡੇ ਵੱਡੇ ਮਤਲਬ ਖਤਰਨਾਕ ਬੰਦਿਆਂ ਦੇ ਵਿਰੁੱਧ ਨਾਲ। ਇਹੋ ਜਿਹੀ ਹਿੰਦੁਸਤਾਨ ਦੀ, ਇੰਡੀਆ ਦੀ ਸਭ ਤੋਂ ਵੱਡੀ ਫਿਰਕੂ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਉਹਦੇ ਕਿਸੇ ਕਾਨੂੰਨ ਦਾ ਵਿਰੋਧ ਕਰਨਾ ਹਿੰਮਤ ਵਾਲੀ ਗੱਲ ਹੈ। ਲੇਡੀਜ਼ ਦੇ ਵਿੱਚ ਹਿੰਮਤ ਆਈ ਆ ਤਾਂ ਉੱਥੇ ਉਹ ਬੈਠੀਆਂ ਆ। ਇਹ ਮਤਲਬ ਇਹਨੂੰ ਕੋਈ, ਇਹ ਕੋਈ ਆਮ ਘਟਨਾ ਨਹੀਂ ਹੈਗੀ। ਦੇਖੋ ਕਿੰਨੀ ਸਾਵਧਾਨੀ ਨਾਲ ਸਾਰਾ ਕੁਝ ਚਲਾਇਆ ਜਾ ਰਿਹਾ, ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ। ਨਹੀਂ ਤਾਂ ਜਦੋਂ ਵੀ ਕੋਈ ਸੰਘਰਸ਼ ਕਰਦਾ ਆ ਉਹ, ਕਿਉਂਕਿ ਉਹਦੇ ਅੰਦਰ ਜਜ਼ਬਾ ਹੁੰਦਾ ਆ, ਉਹ ਗੁੱਸੇ 'ਚ ਵੀ ਆਉਂਦਾ, ਹੋਰ ਵੀ ਆਉਂਦਾ, ਪਰ ਉਹ ਸਾਰੀਆਂ ਮਹਿਲਾਵਾਂ ਦੇ ਵਿੱਚ ਕਈ ਗੁਣ ਜਿਹੜੇ ਆ ਪੁਰਸ਼ਾਂ ਨਾਲੋਂ ਵੱਧ ਹੁੰਦੇ ਆ ਵੀ ਕਿਹੜੀ ਚੀਜ਼ ਨੂੰ ਕਿੰਨੇ ਠਰਮੇ ਨਾਲ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ। ਜਿਵੇਂ ਹਾਂ ਗਰੇਵਾਲ ਜੀ ਨੇ ਇੱਕ ਗੱਲ ਕਹੀ ਸੀ, ਮੈਂ ਉਹਦਾ ਜਵਾਬ ਵੀ ਦੇਣਾ ਚਾਹੂੰਗੀ। ਇਹ ਜਦੋਂ ਮੁਸਲਮਾਨਾਂ ਲਈ ਸ਼ਬਦ ਵਰਤੇ ਨੇ ਜਿਹੜੇ ਲੋਕ ਨੇ, ਉਹਨਾਂ ਨੂੰ ਤਾਂ ਕੁਛ ਭੈਠੀਏ ਕਿਹਾ ਜਾਂਦਾ, ਜਦੋਂ ਗੱਲ ਆਉਂਦੀ ਹੈ ਹਿੰਦੂਆਂ ਦੀ ਆ ਬਾਕੀ ਜਿਹੜੇ ਮੁਸਲਮਾਨ ਨਹੀਂ ਹੈਗੇ ਤਾਂ ਉਹਦੇ ਲਈ ਫਿਰ ਸ਼ਰਨਾਰਥੀ ਸ਼ਬਦ ਵਰਤਿਆ ਜਾਂਦਾ। ਇੱਥੇ ਹੀ ਸਰਕਾਰ ਦਾ ਆਪਣਾ ਇਹਨਾਂ ਦਾ ਕਲੀਅਰ ਸਟੈਂਡ ਸਪਸ਼ਟ ਹੋ ਜਾਂਦਾ ਲੋਕਾਂ ਦੇ ਸਾਹਮਣੇ ਵੀ ਕਿਸ ਤਰ੍ਹਾਂ ਨਾਲ ਇਹ ਇੱਕ ਧਰਮ ਦੇ ਲੋਕਾਂ ਨੂੰ, ਖਾਸ ਤੌਰ ਤੇ ਸਿਰਫ ਇੱਕ ਧਰਮ ਦੇ ਲੋਕਾਂ ਨੂੰ ਅਲੱਗ ਨਜ਼ਰ ਦੇ ਨਾਲ ਦੇਖਿਆ। ਠੀਕ ਹੈ, ਛੋਟਾ ਬ੍ਰੇਕ ਲਵਾਂਗੇ, ਫਿਰ ਤੋਂ ਵਾਪਸ ਆਵਾਂਗੇ ਕਿ ਇਸ ਅੰਦੋਲਨ ਨੂੰ, ਇਸ ਸੰਘਰਸ਼ ਨੂੰ ਧਰਮ ਤੋਂ ਉੱਤੇ ਉੱਠ ਕੇ ਦੇਖਣ ਦੀ ਜ਼ਰੂਰਤ ਵੀ ਹੈ ਜਾਂ ਨਹੀਂ, ਜਾਂ ਸਿਰਫ ਧਰਮ ਦਾ ਚਸ਼ਮਾ ਪਾ ਕੇ ਇਸ ਅੰਦੋਲਨ ਨੂੰ ਦੇਖਿਆ ਜਾਵੇਗਾ। ਇਹ ਵੀ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਹੈਗਾ, ਕਿਉਂਕਿ ਸਾਰਾ ਵਰਗ ਆ ਜਿਹੜਾ ਸਮਾਜ ਦਾ ਉਹ ਉੱਥੇ ਪਹੁੰਚ ਰਿਹਾ ਹੈਗਾ, ਅਤੇ ਧਰਮ ਤੋਂ ਉੱਪਰ ਹੋ ਗਿਆ ਨਾ ਫਿਰ ਇਹ ਤਾਂ ਏਕਤਾ ਹੋ ਗਈ। ਇਸ ਸਵਾਲ ਦਾ ਜਵਾਬ ਕੀ ਹੋਏਗਾ, ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗਾ ਜ਼ਰੂਰ। ਪਾਲਿਸੀ ਪੁੱਛਣਾ ਸੀ ਇਹ, ਅਤੇ ਸ਼ਹੀਨ ਬਾਗ ਦਾ ਸਫ਼ਰ ਕਿਹੜੇ ਸਫ਼ਿਆਂ 'ਤੇ ਲਿਖਿਆ ਜਾਵੇਗਾ। ਕੇਵਲ ਢਿੰਗਰਾ, ਤੁਹਾਡੀ ਪਾਰਟੀ ਹਰ ਮਾਮਲੇ ਦੇ ਉੱਤੇ ਕੋਰਨਰ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ BJP ਵੱਲੋਂ, ਇਸ ਮਾਮਲੇ ਵਿੱਚ ਵੀ ਤੁਸੀਂ ਕਿਤੇ ਖੜ੍ਹੇ ਦਿਖਾਈ ਨਹੀਂ ਦੇ ਰਹੇ ਕਿ ਜਿਹੜਾ ਸੰਘਰਸ਼ ਤੁਹਾਡੇ ਵੱਲੋਂ ਛੇੜਿਆ ਜਾਣਾ ਚਾਹੀਦਾ ਸੀਗਾ ਉਹ ਸੰਘਰਸ਼ ਆ ਹੋਰ ਲੋਕਾਂ ਨੂੰ, ਆਮ ਲੋਕਾਂ ਨੂੰ ਕਰਨਾ ਪੈ ਰਿਹਾ, ਸਿਆਸਤ ਕਿੱਥੇ ਹੈ? ਦੇਖੋ, ਇੱਕ ਗੱਲ ਤਾਂ ਸਿੱਧੀ ਹੈ, ਕਲੀਅਰ, BJP ਦੇਸ਼ ਦੇ ਵਿੱਚ ਧਰਮ ਦੇ ਆਧਾਰ ਤੋਂ ਵੰਡਣਾ ਚਾਹੁੰਦੀ ਹੈ ਸਾਰੇ ਲੋਕਾਂ ਨੂੰ, ਔਰ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ, ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਵਾਸਤੇ ਹੀ ਨਵੇਂ ਨਵੇਂ ਮੁੱਦੇ ਲੈ ਕੇ ਨਵੇਂ। ਮੇਰਾ ਸਵਾਲ ਤਾਂ ਇਹ ਹੈ ਨਾ, ਸਿਆਸਤ ਇਹੋ ਜਿਹਾ ਧਰਨਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੀ ਜਿਹੜਾ ਕਿ ਸੰਵਿਧਾਨ ਸਾਨੂੰ ਹੱਕ ਦਿੰਦਾ? ਇਹੋ ਜਿਹਾ ਹਿੰਸਾ ਤੋਂ ਪਾਸੇ ਪ੍ਰਦਰਸ਼ਨ ਕਿਉਂ ਨਹੀਂ ਕਰ ਪਾਉਂਦੀ ਸਿਆਸਤ? ਜਦੋਂ ਸਿਆਸਤ ਪ੍ਰਦਰਸ਼ਨ ਕਰਦੀ ਹੈ ਉਦੋਂ ਹਿੰਸਾ ਹੋ ਜਾਂਦੀ ਹੈ, ਉਦੋਂ ਕੌਣ ਹਿੰਸਾ ਕਰਵਾਉਂਦਾ ਫਿਰ? ਹਿੰਸਾ BJP ਹੀ ਕਰਾਉਂਦੀ ਹੈ। ਵਾਹ, ਇੱਥੇ ਕਿਉਂ ਨਹੀਂ ਕਰਵਾ ਸਕੀ BJP ਫਿਰ? ਦੇਖੋ, ਇਸ ਤੇ ਆ ਜਿਹੜੇ ਹੁਣ ਜੋ ਸ਼ਾਹੀਨ ਬਾਗ ਹੈ ਉਹਨਾਂ ਨੇ ਆਪਣੇ ਆਪ ਹੀ ਮਹਿਲਾਵਾਂ ਨੇ ਪੂਰਾ, ਤੁਸੀਂ ਕਿਉਂ ਨਹੀਂ ਕਰ ਪਾਉਂਦੇ? ਤੁਹਾਡਾ ਇੰਨਾ ਵਰਕਰ ਬੈਠਾ ਹੈ, ਉਹ ਤਾਂ ਇੱਕ ਮਹੱਲਾ ਸਿਰਫ ਸ਼ਾਹੀਨ ਬਾਗ, ਉਹ ਤਾਂ ਇੱਕ ਮਹੱਲਾ ਹੈ ਟਿੰਗਰਾ ਸਾਹਿਬ। ਦੇਖੋ KP ਸਿੰਘ ਜੀ, ਕਲੀਅਰ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਪੂਰੀ ਗੱਲ ਮੇਰੀ ਸੁਣੋ। ਜਿਹੜੀ ਗੱਲ BJP ਕਰਾਉਂਦੀ ਹੈ ਉਹ ਇਹ ਇਸ ਲਈ ਕਰਾਉਂਦੀ ਹੈ, ਉਹਨਾਂ ਦਾ ਮੁੱਦਾ ਦੂਸਰਾ, ਉਹਨਾਂ ਦਾ ਏਜੰਡਾ ਦੂਸਰਾ, CAA CAB
ਦੂਜੀ ਜਗ੍ਹਾ ਤੇ ਜਿਹੜੀ ਸਾਡੇ ਦੇਸ਼ ਦੀ ਹਾਲਾਤ ਇਸ ਟਾਈਮ ਹੋ ਚੁੱਕੀ, ਬਿਜ਼ਨਸ ਖਤਮ ਹੋ ਚੁੱਕੇ। ਮੈਂ ਤੁਹਾਡੀ ਗੱਲ ਸਮਝਿਆ ਟਿੰਗਰਾ ਸਾਹਿਬ, ਮੈਂ ਤੁਹਾਡੀ ਗੱਲ ਸਮਝ ਗਿਆ। ਬੀਜੇਪੀ ਤੁਸੀਂ ਵੀ ਨਹੀਂ ਚਾਹੁੰਦੇ, ਤੁਸੀਂ ਵੀ ਨਹੀਂ ਚਾਹੁੰਦੇ ਵਿਰੋਧੀ, ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ ਕਿ ਤੁਸੀਂ ਇਹੋ ਜਿਹਾ ਧਰਨਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ। ਦੇਖੋ, ਧਰਨਾ ਪ੍ਰਦਰਸ਼ਨ ਕਾਂਗਰਸ ਕਰਦੀ ਹੈ, ਹਰ ਗੱਲ ਤੇ ਕਰਦੀ ਹੈ, ਲੇਕਿਨ ਕਾਂਗਰਸ ਸਿਰਫ ਆਹ ਗੱਲ ਕਹਿੰਦੀ ਹੈ, ਧਰਮ ਦੇ ਆਧਾਰ ਤੋਂ ਬੀਜੇਪੀ ਸੰਵਿਧਾਨ ਦੀ ਖੰਡ ਖੰਡ ਕਰਨਾ ਚਾਹੁੰਦੀ, ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ, ਇਹ ਗੱਲ ਦੱਸਣਾ ਚਾਹੁੰਦੀ ਹੈ, ਲੇਕਿਨ ਧਰਨੇ ਨਾਲ ਨਹੀਂ ਦੱਸਿਆ ਜਾਏਗਾ। ਸਾਰੀ ਇਹ ਚੀਜ਼ਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਲੋਕ ਆਪਣੇ ਆਪ ਹੀ ਸਮਝ ਰਹੇ ਇਸ ਗੱਲ ਨੂੰ, ਸੜਕਾਂ ਦੇ ਉੱਤੇ ਨੇ। ਠੀਕ, ਤੁਹਾਡਾ ਆਰਗੂਮੈਂਟ ਆ ਗਿਆ ਜਿਤੇਂਦਰ ਸਿੰਘ। ਮੇਰਾ ਸਵਾਲ ਹੈ, ਬੜਾ ਵਾਜਿਬ ਸਵਾਲ ਹੈ ਇਹ, ਕਿ ਸਿਆਸਤ ਇਹੋ ਜਿਹਾ ਪ੍ਰੋਟੈਸਟ ਕਿਉਂ ਨਹੀਂ ਕਰ ਪਾਉਂਦੀ, ਇਹੋ ਜਿਹਾ ਮੈਨੇਜ ਕਿਉਂ ਨਹੀਂ ਕਰ ਪਾਉਂਦੀ? ਉੱਥੇ ਕੰਪੀਟੀਸ਼ਨ ਵੀ ਕਰਵਾਇਆ ਜਾ ਰਿਹਾ, ਉੱਥੇ ਬੱਚਿਆਂ ਨੂੰ ਪੜ੍ਹਾਇਆ ਵੀ ਜਾ ਰਿਹਾ, ਉੱਥੇ ਲੰਗਰ ਵੀ ਲਗਾਇਆ ਜਾ ਰਿਹਾ, ਉੱਥੇ ਬੈਰੀਗੇਡ ਲਾ ਕੇ ਚੈੱਕ ਵੀ ਕੀਤਾ ਜਾ ਰਿਹਾ, ਉੱਥੇ ਸਭ ਕੁਝ ਹੋ ਰਿਹਾ, ਸਿਆਸਤ ਇਹੋ ਜਿਹਾ ਪ੍ਰੋਟੈਸਟ ਕਿਉਂ ਨਹੀਂ ਕਰ ਪਾਉਂਦੀ? ਜਦੋਂ ਸਿਆਸਤ ਪ੍ਰੋਟੈਸਟ ਕਰਦੀ ਆ, ਉਦੋਂ ਕਹਿੰਦੇ ਜੀ ਵਾਟਰ ਕੈਨਨ ਛੱਡ ਦਿੱਤਾ ਗਿਆ, ਇੰਨੇ ਮਰ ਗਏ ਜੀ, ਇੰਨੇ ਤਾਂ ਡੰਡੇ ਵੱਜ ਗਏ, ਆਹ ਸਭ ਕੁਝ ਸੁਣਨ ਨੂੰ ਮਿਲਦਾ। ਇੱਥੇ ਦੇਖੋ ਜੀ, ਜਿੱਥੇ ਤੱਕ ਤਾਂ ਜਿਹੜੀਆਂ ਪਾਰਟੀਆਂ ਚੋਣਾਂ ਦੀ ਰਾਜਨੀਤੀ ਕਰਦੀਆਂ ਨੇ, ਅਤੇ ਉਹਨਾਂ ਵਾਸਤੇ ਤਾਂ ਚੋਣਾਂ ਇੱਕ ਵੱਡਾ ਮੁੱਦਾ ਹੁੰਦਾ ਹੈ। ਬੀਜੇਪੀ ਉਹਨੂੰ ਪਾੜ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੀ ਹੈ, ਅਤੇ ਉਹਨੇ ਲੱਥੀਆਂ ਵੀ ਨੇ ਬਹੁਤ ਜਗ੍ਹਾ, ਕਿਤੇ ਹਾਰੀ ਵੀ ਹੈ, ਕਿਤੇ ਜਿੱਤੀ ਵੀ ਹੈ। ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਇਸ ਦਵੰਦ 'ਚ ਫਸਦੀਆਂ ਨੇ ਵੀ ਅਸੀਂ ਕਿਹੜੇ ਪਾਸੇ ਖੜੀਏ। ਉਹ ਜਿਹੜੀ ਵੋਟਾਂ ਦੀ ਕੈਲਕੂਲੇਸ਼ਨ ਆ, ਉਹ ਵੋਟਾਂ ਦੀ ਕੈਲਕੂਲੇਸ਼ਨ ਤੋਂ ਪਾਰ ਹੀ ਨਹੀਂ ਜਾ ਸਕਦੇ, ਇਹ ਇੱਕ ਮਸਲਾ ਹੈ। ਉਹਦੇ 'ਚ ਕਾਂਗਰਸ ਵੀ ਫਸਦੀ ਹੈ, ਉਹਦੇ 'ਚ ਆਮ ਆਦਮੀ ਪਾਰਟੀ ਵੀ ਫਸਦੀ ਹੈ। ਆਮ ਆਦਮੀ ਪਾਰਟੀ ਨੇ ਬਹੁਤ ਸਾਰੀਆਂ ਉੱਥੇ ਮਹੱਲਾ ਕਮੇਟੀਆਂ ਨੇ ਜਾਂ ਹੋਰ ਜਿਹੜਾ ਤਮਾਮ ਪਾਰਟੀ ਇਸ ਮਹੱਲੇ ਜਾ ਕੇ ਬੜੀ ਉਹੀ ਮਤਲਬ ਉਹ ਇਹ ਬਿਹਤਰ ਜਾਣਦੇ ਹੋਣਗੇ, ਪਰ ਸਾਡੀ ਜਾਣਕਾਰੀ ਦੇ ਹਿਸਾਬ ਨਾਲ ਨਾ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਆਇਆ ਹੈ, ਨਾ ਕੋਈ ਬਾਕੀ ਆਇਆ ਹੈ। ਦੂਜਾ, ਜਿਹੜੀਆਂ ਰੀਜਨਲ ਪਾਰਟੀਜ਼ ਨੇ, ਜਿਹੜੀਆਂ ਖੇਤਰੀ ਪਾਰਟੀਆਂ ਨੇ, ਜਿਵੇਂ ਅਕਾਲੀ ਦਲ ਹੈ, ਮਤਲਬ ਅਕਾਲੀ ਦਲ ਦਾ ਸਟੈਂਡ ਕਿਤੇ ਉੱਥੇ ਜਾ ਕੇ ਉਹ CA ਦੇ ਨਾਲ ਖੜਦੇ ਨੇ, ਨਾਲ ਉਹ ਉਹਦਾ ਸਮਰਥਨ ਦਿੰਦੇ ਨੇ, ਜਦੋਂ ਇੱਥੇ ਗੱਲ ਆਉਂਦੀ ਹੈ ਤਾਂ ਇੱਥੇ ਮਤੇ ਦੇ ਖਿਲਾਫ਼ ਉਹ ਭੁਗਤਦੇ ਨੇ, ਅਤੇ ਨਾਲੇ ਕਹਿ ਦਿੰਦੇ ਨੇ ਵੀ ਨਹੀਂ, ਜੇ ਮੁਸਲਮਾਨਾਂ ਨੂੰ ਵਿੱਚ ਪਾ ਲਿਆ ਜਾਵੇ ਤਾਂ ਸਾਡੇ ਵਾਸਤੇ ਚੰਗੀ ਗੱਲ ਹੈ। ਜਿਹੜੀਆਂ ਬਾਕੀ ਦੀਆਂ ਰੀਜਨਲ ਪਾਰਟੀਆਂ ਨੇ, ਉਹਨਾਂ ਨੂੰ ਫਿਰ ED ਦਾ ਵੀ ਖਤਰਾ ਹੈ ਅਤੇ CBI ਦਾ ਵੀ ਖਤਰਾ ਹੈ, ਅਤੇ ਉਹਨਾਂ ਦੇ ਆਪ ਦੇ ਬਹੁਤ ਸਾਰੇ ਭ੍ਰਿਸ਼ਟਾਚਾਰ ਨੇ, ਜਦੋਂ ਖੁੱਲ੍ਹਣ ਲੱਗਣਗੇ ਤਾਂ ਫਿਰ ਉਹਨਾਂ ਨੂੰ ਰਾਹ ਨਹੀਂ ਲੱਭਣਾ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਵੀ ਬਹੁਤ ਵੱਡਾ ਡਰ ਹੈ। ਇਸ ਕਰਕੇ ਇਹੋ ਜਿਹਾ ਰਾਜਨੀਤਿਕ ਪਾਰਟੀਆਂ ਦੇ ਬਸ ਦਾ, ਜਿਹੜੀਆਂ ਚੋਣਾਂ ਲੜਦੀਆਂ ਨੇ ਉਹਨਾਂ ਦੇ ਬਸ ਦਾ ਇਹ ਖੇਡ ਹੈ ਨਹੀਂ। ਔਰ ਇਹ ਲੋਕਾਂ ਨੇ ਵੀ ਸਮਝ ਲਈ ਹੈ, ਇਸ ਕਰਕੇ ਲੋਕਾਂ ਨੂੰ ਆਪ ਮੁਹਾਰੇ ਉੱਠ ਕੇ ਸੰਗਠਿਤ ਹੋਣਾ ਪੈ ਰਿਹਾ, ਆਪ ਹੀ ਉਹਨਾਂ ਨੂੰ ਵਲੰਟੀਅਰ ਵੀ ਬਣਨਾ ਪੈ ਰਿਹਾ, ਆਪ ਹੀ ਕੰਬਲ ਵੰਡਣੇ ਪੈ ਰਹੇ ਨੇ, ਆਪ ਵੀ ਦਵਾਈਆਂ ਦਾ ਇੰਤਜ਼ਾਮ ਕਰਨਾ ਪੈ ਰਿਹਾ, ਆਪ ਹੀ ਪੜ੍ਹਾਈਆਂ ਵੀ ਉੱਥੇ ਜਿਹੜੀਆਂ ਨੇ ਉਹ ਕਰਨੀਆਂ ਉਹਨਾਂ ਨੂੰ ਕਰਨੀਆਂ ਪੈ ਰਹੀਆਂ ਨੇ। ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀਆਂ ਉਹ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਬਸ ਦਾ ਇਹ ਰੋਗ ਹੈ ਨਹੀਂ। ਠੀਕ ਹੈ ਸੰਗੜਾ ਸਾਹਿਬ, ਹੁਣ ਤਾਂ ਵੈਸੇ ਵੀ ਨਹੀਂ ਵਕਤ ਮਿਲੂਗਾ, ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਹੈਗੀਆਂ, ਪ੍ਰਚਾਰ ਵੀ ਕਰਨਾ, ਟਿਕਟਾਂ ਵੰਡੀਆਂ ਗਈਆਂ, ਰੁੱਸਿਆਂ ਨੂੰ ਵੀ ਮਨਾਉਣਾ ਹੈਗਾ, ਹੁਣ ਤਾਂ ਮੌਕਾ ਹੀ ਨਹੀਂ ਮਿਲੂਗਾ ਉੱਥੇ ਜਾਣ ਦਾ। ਨਹੀਂ, ਵਕਤ ਮਿਲਣ ਦੀ ਗੱਲ ਨਹੀਂ ਹੁੰਦੀ, ਗੱਲ ਇਹ ਆ ਵੀ ਅਸੀਂ ਉਸ ਜਗ੍ਹਾ 'ਤੇ ਜਿੱਥੇ ਆਮ ਲੋਕ ਸਾਰਾ ਕੁਛ ਕਰ ਰਹੇ ਆ, ਉਹਨੂੰ ਕੋਈ ਸਿਆਸੀ ਰੰਗਤ ਵੀ ਨਹੀਂ ਦੇਣਾ ਚਾਹੁੰਦੇ। ਦੇਖੋ ਗੱਲ ਸੁਣੋ, ਜਿਸ ਤਰ੍ਹਾਂ ਵੈਸ ਸਾਹਿਬ ਨੇ ਕਿਹਾ ਆ, ਉਹਨਾਂ ਨੇ ਬੜੇ ਸਲੀਕੇ ਨਾਲ ਸਾਰੀ ਗੱਲ ਦੱਸੀ ਹੈ। ਅਸੀਂ ਵੋਟਾਂ ਦੀ ਗਿਣਤੀ ਤਾਂ ਚਲੋ ਹੁੰਦੀ ਆ, ਰਾਜਨੀਤਿਕਾਂ ਦੀ ਸਾਰਿਆਂ ਦੀ ਹੈਗੀ ਹੈ, ਸਾਡੇ ਸਿਰ 'ਤੇ ਉਹ ਇਲੈਕਸ਼ਨ ਹੈ, ਉੱਥੇ ਹੀ ਸਾਡੀ ਸਰਵਾਈਵਲ ਵੀ ਹੈਗੀ ਆ, ਉਹ ਵੀ ਕੰਮ ਜ਼ਰੂਰੀ ਹੈ, ਪਰ ਅਸੀਂ ਇਹਦਾ ਵੀ ਵਿਰੋਧ ਕਰ ਰਹੇ ਹਾਂ। ਵਿਰੋਧ ਇੱਕੋ ਪਲੇਟਫਾਰਮ ਤੋਂ ਨਹੀਂ ਹੈ ਵੀ ਉਸ ਜਗ੍ਹਾ 'ਤੇ ਜਾਣ ਨਾਲ ਹੀ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਮੈਂ ਤੁਹਾਡੇ ਕੋਲ ਬੈਠਾ ਸਾਰਾ ਕੁਝ ਦੱਸ ਰਿਹਾ ਹਾਂ, ਅਸੀਂ ਉਹਨਾਂ ਦੀ ਵੀ ਮਦਦ ਕਰ ਰਹੇ ਹਾਂ, ਸਾਡੇ ਬੰਦੇ ਉੱਥੇ ਜਾ ਰਹੇ ਆ ਔਰ ਸਥਿਤੀ 'ਤੇ ਨਿਗ੍ਹਾ ਰੱਖ ਰਹੇ ਆ। ਮੈਂ ਦਾਅਵੇ ਨਾਲ ਕਹਿ ਰਿਹਾ, ਉਹ ਇਕੱਲਾ ਮੁਸਲਿਮ ਔਰਤਾਂ ਦਾ ਸੰਘਰਸ਼ ਨਹੀਂ ਹੈਗਾ, ਉਹ ਇੰਡੀਅਨ ਸਿਟੀਜ਼ਨ ਔਰਤਾਂ ਦਾ ਸੰਘਰਸ਼ ਹੈ। ਇਸ ਵੇਲੇ ਉਹ ਜਿਹੜੀ ਗੱਲ ਪਲੇਅਰ ਹੈ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹਦਾ ਮਤਲਬ ਇਹ ਬੰਦੇ ਆ ਸਗੜਾ ਸਾਹਿਬ, ਹਾਂਜੀ, ਇਹਦਾ ਮਤਲਬ ਇਸ ਅੰਦੋਲਨ ਦੇ ਵਿੱਚ ਸ਼ਹੀਨ ਬਾਗ ਦਾ ਕੋਈ ਮਤਲਬ ਨਹੀਂ ਹੈ? ਨਹੀਂ, ਮਤਲਬ ਹੈਗਾ ਵਿਰੋਧ ਤਾਂ ਕਿਤੇ ਵੀ ਜਿਤਾਇਆ ਜਾ ਸਕਦਾ। ਨਹੀਂ 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 ਮੈਂ ਨਹੀਂ ਨਹੀਂ ਤੁਸੀਂ ਮੇਰੇ ਮੂੰਹ 'ਚ ਗੱਲ ਨਾ ਪਾਓ, ਮੈਂ ਉਹ ਨਹੀਂ ਗੱਲ ਕਰ ਰਿਹਾ। ਮੈਂ ਤਾਂ ਤੁਹਾਨੂੰ ਗੱਲ ਤੁਸੀਂ ਜਿਹਨਾਂ 'ਤੇ ਟਾਰਗੇਟ ਹੈਗੀ ਆ, ਗੱਲ ਜਿਹਨਾਂ ਨੇ ਪ੍ਰੋਬਲਮ ਖੜੀ ਕੀਤੀ ਆ ਉਹਨਾਂ ਵੱਲ ਨੂੰ ਰੱਖੋ। ਇਹਦੇ 'ਚ ਇੱਕ ਪੁਆਇੰਟ ਦੱਸੋ, ਨਹੀਂ ਹੁਣ ਤੁਸੀਂ ਤਾਂ ਮੈਨੂੰ ਤਾਂ ਗਾਈਡ ਨਹੀਂ ਕਰ ਸਕਦੇ ਕਿ ਮੈਂ ਤਾਂ ਸਾਰਿਆਂ ਨੂੰ ਸਵਾਲ ਕਰ ਰਿਹਾ। ਨਹੀਂ ਨਹੀਂ ਮੈਂ ਉਹੀ ਗੱਲ ਇੱਕ ਇਹਦੇ ਮੈਂ ਵੀ ਕਿਹਾ ਅਸੀਂ ਨਹੀਂ ਜਾਣਾ, ਮੈਂ ਵੀ ਕਿਹਾ ਅਸੀਂ ਉੱਥੇ ਅਸੀਂ ਜਾਣੇ ਆ, ਸਾਡੇ ਬੰਦੇ ਜਾਂਦੇ ਜਾ ਰਹੇ ਆ। ਪਾਰਟੀ ਹੈਗੀ ਹੈ ਜਿਹਨੇ ਇਹ ਮਸਲੇ ਨੂੰ ਚੱਕਿਆ ਹੋਇਆ, ਐਨਡੀਏ ਵੀ ਨਾਲ ਨਹੀਂ ਹੈ ਬੀਜੇਪੀ ਦੇ। ਤੁਸੀਂ ਇਹ ਦੇਖੋ, ਸਾਰੇ ਐਨਡੀਏ ਦੇ ਦਲ ਜਿਹੜੇ ਨੇ ਉਹ ਬੀਜੇਪੀ ਨੂੰ ਇਸ ਮਸਲੇ ਦੇ ਉੱਤੇ ਛੱਡ ਚੁੱਕੇ ਆ। ਸਿਰਫ ਕੱਲੀ ਬੀਜੇਪੀ ਹੈ ਜਿਹੜਾ ਇਸ ਕੰਮ ਨੂੰ ਪੜਕਾ ਰਹੀ ਹੈ, ਕਿਉਂਕਿ ਦੂਜੇ ਸਵਾਲ ਨਾ ਪੁੱਛੇ ਜਾਣ, ਅੱਛੇ ਦਿਨ ਦੇ ਸਵਾਲ ਨਾ ਪੁੱਛੇ ਜਾਣ। ਟਿੰਗਰਾ ਸਾਹਿਬ, ਵੋਟਾਂ ਪਾਈਆਂ ਬਾਕੀ ਪਾਰਟੀਆਂ ਵਾਲੇ, ਵੋਟਾਂ ਪਾਈਆਂ ਨਾਲ ਬਣੇ ਦਿੱਤੇ ਹੋਏ ਨੂੰ ਗੁੰਮਰਾਹ ਕਰੋ। ਐਨਡੀਏ ਨਾਲ ਨਹੀਂ ਹੈਗਾ ਅੱਜ ਦੀ ਡੇਟ 'ਚ, ਅਕਾਲੀ ਦਲ ਭੱਜ ਗਿਆ ਇਸ ਗੱਲ ਤੇ, ਨਿਤੀਸ਼ ਕੁਮਾਰ ਭੱਜ ਗਿਆ, ਕਿੱਥੇ ਭੱਜ ਗਿਆ, ਅਕਾਲੀ ਦਲ ਵੋਟਿੰਗ ਕੀਤੀ ਉੱਥੇ, ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਨਿਤੀਸ਼ ਕੁਮਾਰ ਭੱਜ ਗਿਆ। ਅਸੀਂ
ਦੇਣ ਦਾ ਔਰ ਇਹ ਜਿਸ ਤਰ੍ਹਾਂ ਉਹਨਾਂ ਦੇ ਤਸ਼ੱਦਦ ਹੋ ਰਿਹਾ ਸੀ ਕਿਉਂ ਦੇ ਸੁਣ ਲਓ ਸਵਾਲ ਤਾਂ ਲੈ ਲਓ ਨਾ ਗਰੇਵਾਲ ਸਾਹਿਬ ਮੇਰੀ ਗੱਲ ਸੁਣ ਮੈਂ ਤੁਹਾਡੀ ਗੱਲ ਹੀ ਸੁਣ ਰਿਹਾ ਉਹਨਾਂ ਦੇ ਤਸ਼ੱਦਦ ਹੋ ਰਿਹਾ ਸੀ ਜਿਨ੍ਹਾਂ ਨੂੰ 585 ਤੁਸੀਂ ਦਿੱਤੀ ਨਾਗਰਿਕਤਾ ਬਾਹਰੋਂ ਆਏ ਸੀ ਉਹਨਾਂ ਨੇ ਤਸ਼ੱਦਦ ਹੋ ਰਿਹਾ ਸੀ ਉਹਨਾਂ ਦੇ ਜੇ ਸ਼੍ਰੀਮਤੀ ਇੰਦਰਾ ਗਾਂਧੀ ਯੁਗਾਂਡਾ ਤੋਂ ਆਏ ਲੋਕਾਂ ਨੂੰ ਦਿੰਦੇ ਆ ਉਹਦੇ 'ਚ ਵੀ ਸਿੱਖ ਔਰ ਹਿੰਦੂ ਔਰ ਕ੍ਰਿਸਚਨ ਜ਼ਿਆਦਾ ਸੀ ਉਹੀ ਸੀਗੇ ਉਹਦੇ 'ਚ ਮੁਸਲਮਾਨ ਨਹੀਂ ਸੀਗੇ ਉਹਨਾਂ ਨੂੰ ਨਾਗਰਿਕਤਾ ਸਪੈਸ਼ਲ ਇਸੇ ਤਰ੍ਹਾਂ ਦਿੱਤੀ ਗਈ ਸੀ ਹੁਣ ਤਿੰਨ ਮੁਲਕਾਂ ਦੇ ਲੋਕਾਂ ਨੂੰ ਦਿੱਤੀ ਗਈ ਹੈ ਯਾਨੀ ਕਿ ਜੋ ਲਕੀਰ ਕਾਂਗਰਸ ਨੇ ਖਿੱਚੀ ਸੀ ਬੀਜੇਪੀ ਉਸ ਨੂੰ ਫੋਲੋ ਬੀਜੇਪੀ ਲਕੀਰ ਨਹੀਂ ਖਿੱਚ ਰਹੀ ਉੱਥੋਂ ਹਿੰਦੂਆਂ ਤੇ ਜ਼ੁਲਮ ਹੋ ਰਹੇ ਆ ਸਿੱਖਾਂ ਤੇ ਜ਼ੁਲਮ ਹੋ ਰਹੇ ਆ ਇਹ ਜਿਹੜੇ ਸਿੱਖ ਵਿਰੋਧੀ ਨੇ ਜਿਹੜੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਜਿਹੜੇ ਕੁਛ ਬੈਠੀਏ ਨੇ ਉਹਨਾਂ ਨੂੰ ਰੱਖੋ ਉਹਨਾਂ ਨੂੰ ਅਸੀਂ ਨਹੀਂ ਰੱਖ ਸਕਦੇ ਨਾ ਇਹਨਾਂ ਦੀਆਂ ਸਾਰੀਆਂ ਜਿਵੇਂ ਇੱਥੇ ਜਿਹੜੀ ਆਹੀ ਗੱਲ ਆ ਰਹੀ ਹੈ ਵੀ ਇਹ ਜਿਹੇ ਪ੍ਰੋਟੈਸਟ ਸਿਆਸਤ ਕਿਉਂ ਨਹੀਂ ਕਰ ਪਾ ਰਹੀ ਕਿਉਂਕਿ ਸਿਆਸਤ ਦੇ ਬਸ ਦਾ ਰੋਗ ਨਹੀਂ ਹੈਗਾ ਤੇ ਇਹ ਗੱਲ ਕੱਲੀ ਭਾਜਪਾ ਤੇ ਦੇਖਣਾ ਬਿਲਕੁਲ ਬਿਲਕੁਲ ਇਹ ਸਾਰੇ ਲੋਕਾਂ ਦਾ ਅੰਦੋਲਨ ਹੈ ਇਹਦੇ ਵਿੱਚ ਸਾਰੇ ਲੋਕ ਹਰ ਤਰ੍ਹਾਂ ਦੇ ਸ਼ਾਮਿਲ ਨੇ ਤੇ ਅੱਜ ਦੇ ਸਮੇਂ ਵਿੱਚ ਜੇ ਦੇਖੀਏ ਵੀ ਭਾਜਪਾ ਅੱਜ ਜਿਹੜੇ ਹਿੰਦੂ ਰਾਸ਼ਟਰ ਦੀ ਅਖੌਤੇ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਕਰ ਰਹੀ ਹੈ ਨਾ ਉਹਦੇ ਵੀ ਕਿਤੇ ਨਾ ਕਿਤੇ ਬੋਏ ਕਾਂਗਰਸ ਸਰਕਾਰ ਨੇ ਵੀ ਸੀਗੇ ਉਹ ਉਸੇ ਵੇਲੇ ਤੋਂ ਜਿਹੜੇ ਚੱਲਦੀਆਂ ਆ ਰਹੀਆਂ ਨੇ ਇੱਥੇ ਕਹਿਣ ਨੂੰ ਸੈਕੂਲਰ ਲਿਖਿਆ ਗਿਆ ਸ਼ਬਦ ਪਰ ਉਹ ਸਿਰਫ ਇੱਕ ਕਹਿ ਦਈਏ ਵੀ ਪਰਦਾ ਪਾ ਦਿੱਤਾ ਗਿਆ ਉਹ ਪਰਦੇ ਦੇ ਥੱਲੇ ਕਰ ਰਹੇ ਸੀ ਹੁਣ ਭਾਜਪਾ ਉਹਨੂੰ ਨੰਗੇ ਚਿੱਟੇ ਰੂਪ 'ਚ ਕਰ ਰਹੀ ਹੈ ਬਹੁਤੇ ਲੋਕਾਂ ਨੂੰ ਸਮੱਸਿਆ ਸਿਰਫ ਇਹ ਹੈ ਵੀ ਉਹ ਨੰਗਾ ਕਿਉਂ ਹੋ ਗਿਆ ਦੂਜੀ ਗੱਲ ਅੱਜ ਦੇ ਵੇਲੇ ਜਿਹੜਾ ਸ਼ਾਹੀਨ ਬਾਗ ਦਾ ਪ੍ਰੋਟੈਸਟ ਚੱਲ ਰਿਹਾ ਅੱਜ ਉਹਨੂੰ ਹਰ ਤਰ੍ਹਾਂ ਨਾਲ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਨੇ ਦਿੱਲੀ 'ਚ NSA ਲਾਗੂ ਹੋਇਆ ਹੁਣ ਆਉਣ ਵਾਲੇ 4 ਮਹੀਨਿਆਂ ਦੇ NSA ਚੋਣਾਂ ਦੀ ਆੜ ਦੇ ਵਿੱਚ ਲਾਗੂ ਕਰਕੇ ਉਹਦੀਆਂ ਕੋਸ਼ਿਸ਼ਾਂ ਕਰਕੇ ਵੀ ਅੱਜ ਲੋਕਾਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਜਾਊਗਾ ਤੇ ਇਸ ਪ੍ਰੋਟੈਸਟ ਨੂੰ ਹਰ ਤਰ੍ਹਾਂ ਨਾਲ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹਦਾ ਵਿਰੋਧ ਅੱਜ ਹਰ ਤਬਕੇ ਦੇ ਲੋਕਾਂ ਨੂੰ ਕਰਨਾ ਪੈਣਾ ਹੈ ਤੁਸੀਂ ਇਤਫਾਕ ਰੱਖਦੇ ਹੋ ਕਿ ਕਾਂਗਰਸ ਦੀ ਖਿੱਚੀ ਹੋਈ ਲਕੀਰ ਨੂੰ ਬੀਜੇਪੀ ਅੱਗੇ ਵਧਾ ਰਹੀ ਹੈ ਨਹੀਂ ਦੇਖੋ ਮਤਲਬ ਇਹ ਜਿਹੜਾ ਮੁਲਕ ਹੈ ਇਹ ਕਿਸੇ ਵੀ ਕਿਸਮ ਨਾਲ ਜਦੋਂ ਦਾ ਬਣਿਆ ਹੈ ਜੇ ਤੁਸੀਂ ਇਹਨੂੰ ਧਰਮ ਨਿਰਪੱਖਤਾ ਦੇ ਕਿਸੇ ਪੈਮਾਨੇ 'ਤੇ ਦੇਖਣਾ ਹੋਵੇ ਤਾਂ ਉਹਦੇ 'ਤੇ ਬਹੁਤ ਸਾਰੇ ਸਵਾਲ ਨੇ 1984 ਵੀ ਹੋਇਆ ਉਹਦੇ ਤੋਂ ਪਹਿਲਾਂ ਵੀ ਹੋਇਆ ਅਤੇ ਹੁਣ ਵੀ ਲਗਾਤਾਰ ਚੀਜ਼ਾਂ ਚੱਲ ਰਹੀਆਂ ਨੇ ਜਿਹੜਾ ਮਤਲਬ ਜਿਹੜਾ ਆਪਾਂ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਧਰਮ ਤੋਂ ਉੱਪਰ ਉੱਠ ਕੇ ਦੇਖੀਏ ਇਹਦੇ 'ਚ ਮੇਰੇ ਦੋ ਮਸਲੇ ਨੇ ਇੰਪੋਰਟੈਂਟ ਇੱਕ ਮਸਲਾ ਇਹ ਹੈ ਵੀ ਇਸ ਨਾਗਰਿਕਤਾ ਦਾ ਧਰਮ ਨਾਲ ਸਿੱਧਾ ਸਿੱਧਾ ਰਿਸ਼ਤਾ ਹੈਗਾ ਇਸ ਕਰਕੇ ਜੇ ਕਿਸੇ ਨੂੰ ਵੀ ਧਰਮ ਦੇ ਆਧਾਰ 'ਤੇ ਨਾਗਰਿਕਤਾ ਦੇਣੋਂ ਨਾ ਕੀਤੀ ਜਾਂਦੀ ਹੈ ਉਹ ਮੁਸਲਿਮ ਹੈ ਅਤੇ ਸਾਨੂੰ ਇਹ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਅਸੀਂ ਵੀ ਮੁਸਲਮਾਨ ਹੈ ਅਤੇ ਸਾਡੀ ਵੀ ਨਾਗਰਿਕਤਾ ਕੈਂਸਲ ਕਰੋ ਇੱਕ ਚੀਜ਼ ਹੈ ਦੂਜਾ ਮਸਲਾ ਇਹ ਹੈ ਵੀ ਕਿਉਂਕਿ ਇਹਦਾ ਮਸਲਾ ਇਹ ਵੀ ਹੈ ਵੀ ਕਿਸੇ ਕੋਲ ਕਾਗਜ਼ਾਤ ਵੀ ਨਹੀਂ ਹੋਣੇ ਅਤੇ ਇਹਦੇ ਨਾਲ ਗਰੀਬੀ ਵੀ ਜੁੜਦੀ ਹੈ ਔਰ ਗਰੀਬੀ 'ਚ ਮੁਸਲਮਾਨ ਵੀ ਹੈ ਹਿੰਦੂ ਵੀ ਹੈ ਸਿੱਖ ਵੀ ਹੈ ਈਸਾਈ ਵੀ ਹੈ ਸਾਰੇ ਹੀ ਨੇ ਹੋ ਸਕਦਾ ਜਿਹੜੇ ਅਮੀਰ ਮੁਸਲਮਾਨ ਨੇ ਅਮੀਰ ਹਿੰਦੂ ਨੇ ਉਹਨਾਂ ਕੋਲ ਕਾਗਜ਼ਾਤ ਹੋਣ ਪਰ ਉਹ ਸਾਰੇ ਗਰੀਬਾਂ ਨੇ ਵੀ ਵਿੱਚ ਆਉਣਾ ਹੈ ਗਰੀਬੀ ਧਰਮ ਨਹੀਂ ਨਾ ਦੇਖਦੀ ਬਿਲਕੁਲ ਇਹਦਾ ਮਤਲਬ ਇਹਦੇ 'ਚ ਦੋ ਮਸਲੇ ਨੇ ਇੱਕ ਇਹ ਹੈ ਵੀ ਇਹ ਧਰਮ ਦੇ ਆਧਾਰ 'ਤੇ ਵੰਡੀਆਂ ਪਾਉਣ ਵਾਲੇ ਦੂਜਾ ਇਹ ਜਿਹੜੇ ਸਾਡੇ 90% ਲੋਕ ਨੇ ਇਹ ਉਹਨਾਂ ਦੇ ਖਿਲਾਫ ਜਾਣ ਵਾਲਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹ ਦੋ ਚੀਜ਼ਾਂ ਦਾ ਬਹੁਤ ਅਹਿਮ ਮਸਲਾ ਹੈ ਧਰਮ ਦਾ ਵੀ ਹੈ ਔਰ ਇਹ ਗਰੀਬੀ ਦਾ ਅਤੇ ਜਿਹਨੂੰ ਆਪਾਂ ਕਲਾਸ ਕਹਿੰਦੇ ਹਾਂ ਵਰਗ ਦਾ ਮਸਲਾ ਹੈ ਇਹ ਦੋਨੇ ਮਸਲੇ ਠੀਕ ਠੀਕ ਹੈ ਇੱਕ ਛੋਟਾ ਬ੍ਰੇਕ ਲੈ ਬ੍ਰੇਕ ਤੋਂ ਵਾਪਸ ਆਵਾਂਗੇ ਫਟਾਫਟ ਇਹ ਸਵਾਲ ਜ਼ਰੂਰ ਹੋਵੇਗਾ ਕਿ ਕਿਸ ਤਰੀਕੇ ਨਾਲ ਇਹ ਸਾਰਾ ਅੰਦੋਲਨ ਅੱਗੇ ਵੱਧ ਰਿਹਾ ਹੈਗਾ ਪਰ ਉਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਵੀ ਪਾਈਆਂ ਜਾ ਰਹੀਆਂ ਹੈਗੀਆਂ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਵੇਗਾ ਜ਼ਰੂਰ ਅਸੀਂ ਵੱਡਾ ਸਵਾਲ ਇਹ ਪੁੱਛ ਰਹੇ ਹਾਂ ਸੀ ਏ ਅਤੇ ਸ਼ਹੀਨ ਬਾਗ ਦਾ ਸਫ਼ਰ ਕਿਹੜੇ ਸਫ਼ਿਆਂ 'ਤੇ ਲਿਖਿਆ ਜਾਵੇਗਾ ਆਖਰੀ ਹਿੱਸੇ ਵਿੱਚ ਹਾਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਜਾ ਚੁੱਕੇ ਉਹਨਾਂ ਨੇ ਕਿਤੇ ਹੋਰ ਡਿਬੇਟ 'ਤੇ ਜਾਣਾ ਸੀਗਾ ਉਹਨਾਂ ਨੇ ਪਹਿਲਾਂ ਹੀ ਇਹ ਤਾਕੀਦ ਕੀਤੀ ਸੀ ਅਤੇ ਪਰ ਉਹਨਾਂ ਤੋਂ ਇਹ ਸਵਾਲ ਬਰਕਰਾਰ ਰਹੇਗਾ ਜਦੋਂ ਅਗਲੀ ਵਾਰ ਵੀ ਕਿਤੇ ਡਿਬੇਟ ਵਿੱਚ ਆਉਣਗੇ ਕਿ ਸ਼ਹੀਨ ਬਾਗ ਵਿੱਚ ਉਹਨਾਂ ਦੇ ਲੀਡਰ ਕਦੇ ਜਾਣਗੇ ਕਿ ਨਹੀਂ ਜਾਣਗੇ ਇਹ ਸਵਾਲ ਉਹਨਾਂ ਤੋਂ ਪੁੱਛਿਆ ਜ਼ਰੂਰ ਜਾਵੇਗਾ ਟਿੰਗਰਾ ਸਾਹਿਬ ਇੱਕ ਲੋਕ ਉੱਥੇ ਮੁਸ਼ਕਲ ਵਿੱਚ ਹੈ ਕਿ ਲੋਕਾਂ ਨੂੰ ਆਪਦਾ ਰਸਤਾ ਬਦਲਣਾ ਪਿਆ ਹੈਗਾ ਉਸ ਸਭ ਦੇ ਇਜ਼ ਵਿੱਚ ਪਟੀਸ਼ਨਾਂ ਵੀ ਪਾਈਆਂ ਜਾ ਰਹੀਆਂ ਈਵਨ ਕਿ ਹਾਈ ਕੋਰਟ ਤੱਕ ਨੇ ਕਹਿ ਦਿੱਤਾ ਸੀ ਤੁਸੀਂ ਆਪਦੇ ਮਸਲਾ ਨਿਬੇੜ ਲਓ ਪੁਲਿਸ ਨੇ ਵੀ ਉੱਥੇ ਤਾਕੀਦ ਕੀਤੀ ਸੀ ਪੁਲਿਸ ਨੇ ਬਹੁਤ ਤਰੀਕੇ ਨਾਲ ਉੱਥੇ ਜਾ ਕੇ ਗੱਲ ਕੀਤੀ ਉਸ ਪੁਲਿਸ ਨੂੰ ਵੀ ਸਲੂਟ ਕਰਨਾ ਬਣਦਾ ਜਿਨ੍ਹਾਂ ਨੇ ਉੱਥੇ ਤਰੀਕੇ ਨਾਲ ਜਾ ਕੇ ਗੱਲ ਕੀਤੀ ਜਾਂ ਕਹਿ ਲਓ ਕਿ ਪੁਲਿਸ ਨੂੰ ਵੀ ਇਸ ਅੰਦੋਲਨ ਨੇ ਮਜਬੂਰ ਕਰਤਾ ਅਸੀਂ ਦੋਨੋਂ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਠੀਕ ਹੈ ਸਰ ਪਟੀਸ਼ਨ ਪਾਉਣ ਵਾਲੇ ਮਜਬੂਰ ਹੈ ਜਾਂ ਪਟੀਸ਼ਨ ਪਵਾਈ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਨਹੀਂ ਦੇਖੋ ਦੋਨੋਂ ਪਾਸੇ ਹੀ ਹੈਗਾ ਕਿਉਂਕਿ ਅਗਰ ਰਸਤਾ ਰੁਕਦਾ ਹੈਗਾ ਤਾਂ ਦਿੱਕਤ ਤਾਂ ਹੁੰਦੀ ਹੈ ਪਰ ਲੇਕਿਨ ਇੱਕ ਗੱਲ ਹੋਰ ਵੀ ਹੈ ਨਾਲ
जिहड़े लोगों इन्नी दिक्कत कर रखी है बीजेपी ने वह भी सोचना चाहिए जिस तरह पूरे देश कर रखी है। ये कल्ली शहीन बाग का मामला नहीं है, होर भी बड़िया इलाकों के प्रॉब्लम आई हुई है, चाहे बेंगलुरु लगाओ, चाहे तुसी दिल्ली के 8-10 इलाके लगाओ, चाहे तुसी यूपी लगाओ, चाहे तुसी दूजे इलाके लगाओ, बहुत सारे स्टेटा दे विच भी यही मसला चल रहा है। इस मसले नू सुलझाना नहीं चाहती बीजेपी, क्योंकि बीजेपी सिर्फ इस काम से राजनीति करना चाहती है। मोदी जी कहते हैं कि आप NRC के उत्ते कोई चर्चा ही नहीं हुई है, लेकिन अमित शाह जी कहते हैं जिहड़ा NPR है वह फस्ट स्टैप है NRC का। यह सारी कन्फ्यूजन जिहड़ी है बीजेपी जानबूझ के पैदा कर रही है, क्योंकि कोई अर्थव्यवस्था से गल ना करे, कोई दूजे तरीके से गल ना करे। अगर आसाम की गल के उत्ते भी सोचा जाए, क्योंकि कोर्ट के राही वह ऑर्डर आया सीगा, मैडम ने एक इत्थे गल की कि कांग्रेस ने लिया, वह कोर्ट के राही ऑर्डर आया सी जिहदे उत्ते NRC जिहड़ी है बीजेपी ने लिया और वह मसला पहला उठाया सीगा, वह कांग्रेस के टाइम उठाया सीगा। लेकिन उसका उस मसले का मतलब जिहड़ा है मोदी जी ने पूरा किया कि पहला 40 लाख की लिस्ट बढ़ाती आसाम के, बाद चो 19 लाख करता। 19 लाख भी जिहड़े NRC बनाए ने वह भी तुम यह देखो कि 19 का भी कोई मतलब नहीं है, उसमें भी 12-13 लाख 14 लाख हिंदू ने। ये धर्म के आधार से वंडन वास्ते दोबारा फिर एक नवे तरीके नू ले आए, उसकी अमेंडमेंट लेके आए। हुण NPR और NRC जिहड़ा है वह फर्स्ट स्टैप हैगा या नहीं हैगा, यह क्यों नहीं बीजेपी क्लीयर करती है, देश नू क्लीयर करना चाहिए बीजेपी। संगड़ा साहब एक सवाल यह भी चुकया जा रहा है बार बार, वो सवाल मैं जरूर कोशिश करता कि हर सवाल इस डिबेट में आए कि इन्हों औरतों तो पता ही कुछ नहीं गा, CAA की होंगे, NPR की होंगे, NRC की होंगे, इन्होंने तो पता ही कुछ नहीं, तो कुछ सिखा रहे हैं पढ़ा रहे हैं, इस करके उत्थे बैठे हैं। देखो तुसी मैं जे थोड़ी गल नू जां जिहड़े भी लोग कह रहे हैं ये गल उन्होंने गल नू मन भी लिया जाए तो तुसी इस गल नाल तां सहमत हो ना कि मुस्लिम भाईचारे च इनसिक्योरिटी की भावना आई है। इनसिक्योरिटी की भावना चाहे वह रीयल है चाहे नहीं रीयल, वह तो आई है ना, उन्हों दूर करने ले की एफर्ट्स हो रही। मैं कहना वो जी इनसिक्योरिटी की भावना रीयल है, एंड कल्ली मुस्लिम भाईचारे लिए नहीं, सारिया ही घट गिणतियां लिए है। सिखां नाल इन्होंने की किया, पंजाब का जिहड़ा अंदोलन चलिया सीगा, श्रोमणी अकाली दल ने जिहड़ा मोर्चा लाया सीगा, वह पंजाबियों दीआं मंगां सीगियां, पंजाबियों दीआं मंगां, उहनू ट्विस्ट कर करके बाकी सियासी धिरां ने उहनू कुछ होर ही बना दिता। और सिखां दे सब तो वड्डे धार्मिक स्थान ते हमला वह भी उस दिन जिदन गुरपुरब सीगा, औरतां दी हत्या, बच्चों की हत्या, सिखां दी हत्या, उस तो बाद जिहड़ा विशेष सर्कल चलिया उहदे विच किन्ने नौजवान इलीमीनेट करते, एक 10 साल दे एज ग्रुप ही खत्म करता मार मार के झूठे पुलिस मुकाबलिया च। सो ये जिहड़े राज चाहे वह कांग्रेसी ने चाहे बीजेपी वाले ने जिहड़ियां वड्डियां पार्टियां आ ਉਹ ਇਹ ਸਿਆਸੀ ਖੇਡ ਖੇਡਦੀਆਂ ਆ ਤਾਂ ਕਿ ਲੋਕਾਂ ਦੇ ਮਸਲੇ ਨਾ ਹੱਲ ਕਰਨੇ ਪੈਣ। ਮੈਂ ਅਮਨਦੀਪ ਦੀ ਇੱਕ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਇਹ ਜਿਹੜਾ ਇਹ ਇਹਨਾਂ ਨੇ ਕੰਮ ਚਲਾਇਆ ਹੋਇਆ ਨਾ, ਇਹ ਸਾਰਾ ਜਿਹੜਾ ਆ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਕਰਕੇ ਹੀ ਹੈ। ਉਹ ਮਤਲਬ ਇਹਨਾਂ ਨੂੰ ਕੋਈ ਮਸਲੇ ਹੱਲ ਨਾ ਕਰਨੇ ਪੈਣ ਤੇ ਸਿਰਫ ਲੋਕਾਂ ਦੇ ਜਿਹੜਾ ਵੋਟ ਬੈਂਕ ਹੈ ਉਹਨੂੰ ਆਪਣਾ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਵਧਾਇਆ ਜਾਵੇ। ਠੀਕ ਹੈ ਜਿੰਦਰ ਸਿੰਘ, ਇੱਕ ਸਵਾਲ ਇਹ ਵੀ ਹੈਗਾ, ਮੈਂ ਖੁਦ ਉੱਥੇ ਵੱਡੇ ਜਿਹੜੇ ਸੰਘਰਸ਼ ਹੈਗੇ ਉਹਨਾਂ ਨੂੰ ਉਹਨਾਂ ਨੂੰ ਰਿਪੋਰਟ ਕੀਤਾ ਹੋਇਆ, ਚਾਹੇ ਉਹ ਅੰਨਾ ਹਜ਼ਾਰੇ ਦਾ ਅੰਦੋਲਨ ਹੋਵੇ, ਚਾਹੇ ਉਹ ਰਾਮਲੀਲਾ ਗਰਾਊਂਡ ਵਿੱਚ ਰਾਮਦੇਵ ਦੇ ਜਿਹੜਾ ਡੰਡੇ ਪੈਣ ਵਾਲਾ ਮਸਲਾ ਹੋਵੇ, ਉੱਥੇ ਇੱਕ ਬਲ ਪ੍ਰਯੋਗ ਕੀਤਾ ਜਾਂਦਾ ਜਦੋਂ ਇਹ ਸਭ ਕੁਛ ਕੇਂਦਰ ਸਰਕਾਰ ਦੇ ਅੰਡਰ ਹੋਵੇ। ਇੱਥੇ ਵੀ ਇਹ ਵਾਰ ਵਾਰ ਕਿਆਸ ਲਗਾਏ ਜਾ ਰਿਹਾ ਕਿ ਕਿਤੇ ਨਾ ਕਿਤੇ ਮੌਕਾ ਪਾ ਕੇ ਇੱਥੇ ਵੀ ਬਲ ਪ੍ਰਯੋਗ ਕੀਤਾ ਜਾ ਸਕਦਾ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਜਦੋਂ ਅੰਦੋਲਨ ਖਤਮ ਕਰਨੇ ਹੋਣ ਤਾਂ ਉੱਥੇ ਬਲ ਪ੍ਰਯੋਗ ਕੀਤਾ ਜਾਂਦਾ? ਨਹੀਂ, ਅਸੀਂ ਦਰਅਸਲ ਜਿਹੜੀ ਸਰਕਾਰ ਹੈ ਉਹ ਵੱਧ ਤਾਂ ਉਸੇ ਵੱਲ ਨੂੰ ਰਹੀ ਹੈ, ਕਿਉਂਕਿ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ ਉੱਥੇ ਲਾਇਆ ਅਤੇ ਜਿਹਦੇ 'ਚ ਤੁਸੀਂ ਕੋਈ ਵੀ ਕਿਸੇ ਨੂੰ ਵੀ ਅਰੈਸਟ ਕਰ ਸਕਦੇ ਹੋ, ਡਿਟੇਨ ਕਰ ਸਕਦੇ ਹੋ, ਅਤੇ ਤੁਹਾਨੂੰ 10 ਦਿਨਾਂ ਤੱਕ ਉਹਨੂੰ ਕਾਰਨ ਦੱਸਣ ਦੀ ਵੀ ਲੋੜ ਹੈ ਨੀਗੀ, ਅਤੇ ਤੁਸੀਂ 1-1.5 ਸਾਲ ਤੱਕ ਉਹਨੂੰ ਰੱਖ ਸਕਦੇ ਹੋ ਬਿਨਾਂ ਕੋਈ ਮੁਕੱਦਮਾ ਚਲਾਇਆ। ਇਸ ਕਰਕੇ ਮੈਨੂੰ ਲੱਗਦਾ ਵੀ ਕਿਉਂਕਿ ਉਹ ਦਿੱਲੀ ਹੈ ਅਤੇ ਉਹਦੀ ਜਿਹੜੀ ਚਰਚਾ ਹੈ, ਮਤਲਬ ਹੁਣ ਤਾਂ ਹਰ ਮੁਲਕ ਦੇ ਹਰ ਕੋਨੇ 'ਚ ਤੁਹਾਨੂੰ ਇੱਕ ਚੀਜ਼ ਹੋਰ ਸੋਚਣੀ ਪਊਗੀ, ਜੋ ਤੱਕ ਦਿੱਲੀ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ ਉਹ ਤੱਕ ਹੋ ਸਕਦਾ ਕਿ ਇਹਨਾਂ ਚੀਜ਼ਾਂ ਨੂੰ ਅੱਗੇ ਨਾ ਵਧਾਇਆ ਜਾ ਸਕੇ ਅਤੇ ਅੰਦੋਲਨ ਚੱਲਦਾ ਰਹੇ। ਇਸ ਤਰ੍ਹਾਂ ਇਤਫਾਕ ਰੱਖਦੇ ਹੋ ਤੁਸੀਂ? ਦੇਖੋ ਚੋਣਾਂ ਦਾ ਮਸਲਾ ਤਾਂ ਹੈਗਾ ਹੀ ਹੈ, ਕਿਉਂਕਿ ਚੋਣਾਂ ਤੋਂ ਪਹਿਲਾਂ ਤੁਸੀਂ ਕੋਈ ਬਹੁਤ ਉਸ ਕਿਸਮ ਦਾ ਜਿਹੜਾ ਹੈਗਾ ਉਹ ਝਗੜੇ ਨੂੰ ਸ਼ਾਇਦ ਨਾ ਵਧਾਉਣਾ ਚਾਹੁੰਦੇ ਹੋਵੋ ਜਾਂ ਉਹਨਾਂ 'ਤੇ ਅਟੈਕ ਸ਼ਾਇਦ ਨਾ ਕਰਨਾ ਚਾਹੁੰਦੇ ਹੋਵੋ, ਪਰ ਇਹ ਗੱਲ ਇੱਕ ਪੱਕੀ ਹੈ ਵੀ ਮਤਲਬ ਇਹ ਉਹਨਾਂ ਨੇ ਠਾਣ ਲਿਆ ਹੈ ਵੀ ਹੁਣ ਜਿੱਥੇ ਜਿੱਥੇ ਵੀ ਜਿਸ ਕਿਸਮ ਦਾ ਵਿਰੋਧ ਹੋਣਾ, ਮਤਲਬ ਜਿਵੇਂ ਤੁਸੀਂ ਜੇ ਮਤਲਬ ਤੁਸੀਂ ਲਖਨਊ ਦੀ ਗੱਲ ਲਓ ਅਤੇ ਉੱਥੋਂ ਤੁਸੀਂ ਕੰਬਲ ਚੱਕੇ, ਉੱਥੋਂ ਉਹਨਾਂ ਦੇ ਜਿਹੜੇ ਖਾਣ ਪੀਣ ਦਾ ਸਮਾਨ ਹੈ ਉਹ ਤੁਸੀਂ ਚੱਕਿਆ, ਕਿਉਂਕਿ ਮਤਲਬ ਤੁਸੀਂ ਨਹੀਂ ਚਾਹੁੰਦੇ ਵੀ ਇਹਦਾ ਕੋਈ ਵਿਰੋਧ ਕਰੇ, ਕਿਉਂਕਿ ਤੁਹਾਨੂੰ ਲੱਗਦਾ ਹੈ ਵੀ ਜੋ ਵੀ ਵਿਰੋਧ ਕਰ ਰਿਹਾ ਹੈ ਉਹਨੂੰ ਰੋਕਣਾ ਅਤੇ ਇੱਕ ਉਹ ਸਿਆਸਤ ਵੱਲ ਨੂੰ ਵਧਣਾ ਇੱਕ ਦਿੱਲੀ ਦੀਆਂ ਚੋਣਾਂ 'ਤੇ ਅਸਰ ਹੋਊਗਾ ਇਸ ਅੰਦੋਲਨ ਦਾ? ਇਸ ਇਹਦਾ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ, ਮੈਨੂੰ ਲੱਗਦਾ ਵੀ ਮਤਲਬ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਜਾਂ ਜਿਹੜਾ ਉਹ ਜਿਹੜਾ ਸਮੂਹ ਉੱਥੇ ਇਕੱਠਾ ਹੋਇਆ ਹੈ ਉਹ ਚੋਣਾਂ ਤੋਂ ਵੱਡੀ ਗੱਲ ਕਹਿ ਰਿਹਾ ਹੈ, ਵੱਡੀ ਵੱਡੀ ਗੱਲ ਕਰ ਰਿਹਾ। ਠੀਕ ਹੈ, ਮੈਂ ਤੁਹਾਡੀ ਗੱਲ ਇਤਫਾਕ ਰੱਖਦਾ ਅਮਨਦੀਪ, ਮੈਂ ਲਾਸਟ ਕਮੈਂਟ ਤੁਹਾਡੇ ਤੋਂ ਲੈਣੇ ਆ ਅਮਨਦੀਪ।
कि देश की सत्ता दे विच या देश की हवा दे विच इस संघर्ष का असर होगा? बिल्कुल, ये जड़ा संघर्ष है ये इतिहास के सुनहरे पन्नों विच लिखा जाऊगा, तो इहदा असर सानू हर थां ते देखण नू मिल रहा वा भी अज दे विच सियासतदानां दे विच ओह बौखलाहट है। अज विद्यार्थी अज जिहड़े इस तरह दीआं औरतां जिहड़ियां मोहरी हो के इस तरह के सी ए एन आर सी के विरुद्ध जिहड़े संघर्ष ने पूरे देश दे विच अज फैल रहे ने, ते शाहीन बाग की जिहड़ी अग आ हुण पूरे देश विच फैलण जा रही आ ते हर थां ते सानू उहदे असर दिख रहे आ। ते इसे बौखलाहट दे विचों आउण वाले समय दे विच हुंदा वी ए वी सत्ता दा बल प्रयोग कीता करूगी सरकार, करदी भी आ हर थां ते, चाहे वह ये अपनी पुलिस दे नाल जिवें यूपी दे विच हो रहा, चाहे वह जिवें जामिया दे विच अपने गुंडे भेज के खाकी निकरां वाले भेज के वह चीज़ां होण, तां इसे लई अज लोड़ आ लोक ने जिहड़े वह इहदा विरोध करन। मैं चीज़ होर समझना चाहुंदा मैं इस डिबेट दे अंत विच, औरतां आपदे आप नूं होर दृढ़ होर मजबूत समझण दी कोशिश विच लग जाणगीआं इस अंदोलन तों बाद? औरतां दृढ़ ने मजबूत ने, इसे करके वह ये दिखा रहा है, अंदोलन इस गल का पूरा गवाह है कि पहला तो दृढ़ सी, उन्होंने मौके नहीं मिलते पे सी, बिल्कुल मतलब एक चुप्पी सी, जिवें आपां कह रहे विद्यार्थियों च भी पिछले 20 सालों तो एक चुप्पी सी, वह चुप्पी जिवें हुण टुटी है, तो वह चुप्पी का वापस उस थां ते पहुंचना कोई लग नहीं रहा भी आने वाले समय कोई यह जे हालात ने। बस इन्हां नूं ये जिहड़ा संघर्ष है इहनूं अज इनकलाबी ताकतां दे हत्थां दे विच लैके जाणा, इहनूं अगे कोई वधिया राह दे विच परो के लैके जाणा, ताकि इह संघर्ष आ जिहड़ा इहनां दे सरकार दे जिहड़े हिंदू राष्ट्र दा एजेंडा है, बार बार ये गल कहनी आ क्योंकि है एजेंडा इन्हां ने किसी ना किसी तरीके नाल, हिंदू औरतां भी बैठियां होईयां नहीं बैठियां ने, मैं उही कहनी ना अखौती हिंदू राष्ट्र कहन नूं हिंदू राष्ट्र बना रहे ने, पर कि उत्थे भी जिहड़े लोक ने अज महंगाई आ बेरोजगारी आ उह धर्म देख के डंग नहीं मार रही, इसे लई अज एक नकली दुश्मन जिवें हिटलर दी जर्मनी विच यहूदियां नूं पेश कीता गया सी, उसे चैनल उत्ते उसे रस्ते उत्ते इह सरकार चल रही आ, ते लोकां दे विचों एक दुश्मन पैदा कीता जा रहा वा, इस सब तो वड्डी गल आ लोकां तक ਸਮਝਾਉਣ ਦੀ ਵੀ ਇਹਦਾ ਵਿਰੋਧ ਕਰਦੇ ਹੋਏ ਅੱਜ ਸਰਕਾਰ ਦੀ ਇਹਨਾਂ ਪਾਲਿਸੀਆਂ ਦੇ ਖਿਲਾਫ ਸੜਕਾਂ ਤੇ ਉਤਰਨਾ ਹੀ ਇੱਕੋ ਇੱਕ ਅੱਜ ਸਾਡੇ ਕੋਲ ਰਸਤਾ ਰਹੇ। ਜਿੱਦਾਂ ਸਿੰਘ ਲਾਸਟ ਕਮੈਂਟ ਤੁਹਾਡਾ ਚਾਹੀਦੀ ਆ, ਦਿੱਲੀ ਦੇ ਇਸ ਦੰਗਲ ਤੋਂ ਪਹਿਲਾਂ, ਦਿੱਲੀ ਦੀ ਇਸ ਵੋਟਿੰਗ ਤੋਂ ਪਹਿਲਾਂ ਕੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਉੱਥੇ ਜਾਣਾ ਚਾਹੀਦਾ ਜਾਂ ਜਾ ਸਕਦਾ? ਨਹੀਂ, ਉਹਨਾਂ ਨੇ ਜਾਣਾ ਨਹੀਂ, ਜਾਣਾ ਨਹੀਂ, ਜਾਣਾ ਨਹੀਂ ਹੈ ਉਹਨਾਂ ਨੇ, ਅਤੇ ਮੈਂ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਵੀ ਸ਼ਾਹੀਨ ਬਾਗ ਜਾਂ ਬਾਕੀ ਦੇ ਬਾਗ ਨੇ ਇਹ ਦਰਅਸਲ ਲੋਕਤੰਤਰ ਦਾ ਪਰਵ ਹੈ, ਕਿਉਂਕਿ ਲੋਕਤੰਤਰ ਦਾ ਮਾਇਨਾ ਹੀ ਇਹ ਹੁੰਦਾ, ਲੋਕਤੰਤਰ ਬਚਦਾ ਹੀ ਉਦੋਂ ਹੈ ਜਦੋਂ ਉਹਦੇ ਨਾਗਰਿਕ ਜਾਗਰੂਕ ਹੁੰਦੇ ਨੇ, ਅਤੇ ਨਾਗਰਿਕ ਆਪਣੀਆਂ ਸਰਕਾਰਾਂ ਨੂੰ ਆਪਣੀ ਰਾਜ ਸੱਤਾ ਨੂੰ ਸਵਾਲ ਪੁੱਛਦੇ ਨੇ, ਅਤੇ ਉਹ ਬਹੁਤ ਰਾਜਨੀਤਿਕ ਤੌਰ 'ਤੇ ਚੇਤਨ ਲੋਕ ਬੈਠੇ ਨੇ। ਉਹ ਤਾਂ ਮਸਲਾ ਇਹ ਸੀਗਾ ਵੀ ਤੁਸੀਂ ਉਸ ਪੁਆਇੰਟ 'ਤੇ ਲਿਆ ਜਾਂਦੇ ਉਹਨਾਂ ਨੂੰ ਜਿਨ੍ਹਾਂ 'ਚ ਉਹਨਾਂ ਨੇ ਤੈਅ ਕਰ ਲਿਆ ਵੀ ਹੁਣ ਚੁੱਪ ਕਰਕੇ ਨਹੀਂ ਬੈਠਿਆ ਜਾ ਸਕਦਾ। ਉਹਦਾ ਇੱਕ ਲੰਮਾ ਪਿਛਲੇ 6 ਸਾਲਾਂ ਦਾ ਤਾਂ ਲੰਮਾ ਇੱਕ ਇਤਿਹਾਸ ਹੈ ਜਿਹਦੇ 'ਚ ਵਾਰ ਵਾਰ ਤੁਸੀਂ ਲਿੰਚਿੰਗ ਕਰਦੇ ਹੋ, ਫਿਰ ਤੁਸੀਂ ਹੋਰ ਚੀਜ਼ਾਂ ਕਰਦੇ ਹੋ, ਫਿਰ ਤੁਸੀਂ ਰਾਮ ਮੰਦਰ ਦੇ ਫੈਸਲੇ ਕਰਦੇ ਹੋ, ਬਾਬਰੀ ਮਸਜਿਦ ਕਰਦੇ ਹੋ, ਤੁਸੀਂ ਟ੍ਰਿਪਲ ਤਲਾਕ ਕਰਦੇ ਹੋ, ਉਹਦੇ ਤੋਂ ਬਾਅਦ ਜਦੋਂ ਤੁਸੀਂ ਜਾਮੀਆਂ 'ਤੇ ਹਮਲਾ ਕਰਦੇ ਹੋ, ਫਿਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਦਰਅਸਲ ਸਾਡੇ ਘਰਾਂ 'ਤੇ ਸਾਡੇ ਆਪਣੇ ਸਿਰਾਂ 'ਤੇ ਹਮਲੇ ਨੇ, ਸਾਡੇ ਆਪਣੇ ਸਿਰ ਨੇ ਜਿਹੜੇ ਫੁੱਟੇ ਨੇ। ਮਤਲਬ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਮਤਲਬ ਲੋਕਾਂ ਨੇ ਇਹ ਤੈਅ ਕਰ ਲਿਆ ਵੀ ਹੁਣ ਘਰਾਂ 'ਚ ਬੈਠਿਆ ਨਹੀਂ ਜਾ ਸਕਦਾ, ਇਹ ਲੋਕਤੰਤਰ ਵਾਸਤੇ ਬਹੁਤ ਸ਼ੁਭ ਸੰਕੇਤ ਹੈ। ਠੀਕ ਹੈ, ਚਲੋ ਬਹੁਤ ਧੰਨਵਾਦ ਜਤਿੰਦਰ ਸਿੰਘ ਤੁਹਾਡਾ, ਅਮਨਦੀਪ ਤੁਹਾਡਾ ਬਹੁਤ ਧੰਨਵਾਦ, ਸੰਗੇੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕੇਵਲ ਟਿੰਗਰਾ ਤੁਹਾਡਾ ਬਹੁਤ ਧੰਨਵਾਦ, ਹਰਜੀਤ ਸਿੰਘ ਗਰੇਵਾਲ, ਉਹਨਾਂ ਨੂੰ ਜਲਦੀ ਜਾਣਾ ਪਿਆ, ਉਹਨਾਂ ਦਾ ਵੀ ਧੰਨਵਾਦ। ਪਰ ਜੋ ਇੱਥੋਂ ਜਲਦੀ ਗਏ ਹੈਗੇ ਆ, ਤਾਂ ਸਾਡਾ ਤਾਂ ਇਹੀ ਸੁਝਾਅ ਹੈਗਾ ਸਾਰਿਆਂ ਨੂੰ ਕਿ ਮਿਲ ਬੈਠ ਕੇ ਮਸਲਾ ਹੱਲ ਹੋਵੇ ਤਾਂ ਬਿਹਤਰ ਹੈਗਾ, ਇਕੱਠੇ ਬੈਠਿਆ ਜਾ ਸਕਦਾ ਹੈਗਾ, ਜੁੜਿਆ ਜਾ ਸਕਦਾ, ਸਿਰ ਜੁੜਿਆ ਜਾ ਸਕਦਾ ਹੈਗਾ, ਜੇ ਸਰਕਾਰਾਂ ਚੋਣ ਜੇ ਮਨਸ਼ਾ ਹੋਵੇ ਤਾਂ। ਸ਼ਾਹੀਨ ਬਾਗ ਦੀ ਪਰਵਾਜ਼ ਕਿੱਥੋਂ ਤੱਕ ਅਸੀਂ ਇਹ ਸਵਾਲ ਕੀਤਾ ਸੀਗਾ, ਅਮਨਦੀਪ ਨੇ ਕਿਹਾ ਜਿਹੜੇ ਕਿ ਔਰਤਾਂ ਨੂੰ ਇੱਥੇ ਨੁਮਾਇੰਦਗੀ ਵੀ ਉਹਨਾਂ ਦੀ ਕਰਦੇ ਪਏ ਸੀਗੇ, ਉਹਨਾਂ ਨੇ ਕਿਹਾ ਕਿ ਇਹ ਸੁਨਹਿਰੇ ਅੱਖਰਾਂ ਵਿੱਚ ਇਤਿਹਾਸ ਲਿਖਿਆ ਜਾਵੇਗਾ, ਪਰ ਇਸ ਇਤਿਹਾਸ ਲਿਖਣ ਦੇ ਵਿਚਾਲੇ ਕਿਤੇ ਕੋਈ ਸ਼ਰਾਰਤੀ ਅਨਸਰ ਜਾਂ ਹਿੰਸਾ ਨਾ ਹੋਵੇ, ਅਸੀਂ ਇਹ ਵੀ ਦੁਆ ਕਰਦੇ ਹਾਂ। ਸ਼ਾਹੀਨ ਬਾਗ ਦੀ ਪਰਵਾਜ਼ ਕਿੱਥੋਂ ਤੱਕ ਹੋਵੇ ਕਿ ਉਸ ਦਾ ਫੈਸਲਾ ਤਾਂ ਬਾਅਦ ਵਿੱਚ ਹੋਵੇਗਾ, ਪਰ ਅੱਜ ਪਰਵਾਜ਼ ਆ ਜਿਹੜੀ ਉਸ ਪਰਵਾਜ਼ ਨੂੰ ਕੋਈ ਰੋਕ ਨਹੀਂ ਪਾ ਰਿਹਾ, ਨਾ ਮੌਸਮ ਅਤੇ ਨਾ ਉੱਥੋਂ ਦਾ ਖੁੱਲ੍ਹਾਪਨ, ਨਾ ਉੱਥੋਂ ਦੀ ਠੰਡ, ਅਤੇ ਨਾ ਉੱਥੇ ਕੋਈ ਹਿੰਸਾ ਹੋ ਰਹੀ ਹੈ, ਬੈਰੀਕੇਡਿੰਗ ਉੱਥੇ ਹੋਈ ਹੈ, ਵਲੰਟੀਅਰ ਡਟੇ ਹੋਏ ਆ। ਅਸੀਂ ਇਹੀ ਦੁਆ ਕਰਦੇ ਹਾਂ ਕਿ ਰੋਸ ਮੁਜ਼ਾਹਰੇ ਜੋ ਸੰਵਿਧਾਨ ਸਾਨੂੰ ਹੱਕ ਦਿੰਦਾ ਉਹ ਹੁੰਦੇ ਰਹਿਣ, ਪਰ ਰੋਸ ਮੁਜ਼ਾਹਰਿਆਂ ਦੇ ਵਿੱਚ ਵਾਲੇ ਕੋਈ ਹੱਲ ਨਿਕਲੇਗਾ, ਇਸ ਸਵਾਲ ਦਾ ਜਵਾਬ ਦਾ ਸਾਨੂੰ ਇੰਤਜ਼ਾਰ ਰਹੇਗਾ। ਸ਼ਾਹੀਨ ਬਾਗ ਦੀ ਪਰਵਾਜ਼ ਕਿੱਥੋਂ ਤੱਕ ਹੈ? ਬਹੁਤ ਧੰਨਵਾਦ।